ਕੁਝ ਲੋਕ ਮੌਜੂਦ ਨੇ, ਜਾਣਦੇ ਹਾਂ ਕਿ ਜੋ ਪੰਜਾਬ ਵਿਧਾਨ ਸਭਾ ਦੀ ਥੋੜ੍ਹੇ ਸਮੇਂ ਦੀ ਕਾਰਵਾਈ ਹੋਈ ਹੈ, ਜਿਸ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਮੁੱਦੇ ਵਿਚਾਰਨ ਯੋਗ ਸਨ ਉਹ ਨਹੀਂ ਵਿਚਾਰੇ ਗਏ। ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਸਿਰਫ ਤੋਂ ਸਿਰਫ ਹੰਗਾਮਾ ਦੇਖਣ ਨੂੰ ਮਿਲਦਾ ਹੈ। ਹੰਗਾਮੇ ਵੀ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀਆਂ ਕੀਤੀਆਂ ਜਾਂਦੀਆਂ ਹੈ। ਕੋਈ ਕਿਸੇ ਵੀ ਮੁੱਦੇ ਨੂੰ ਲੈ ਕੇ ਵਿਚਾਰਨ ਦੀ ਕੋਸ਼ਿਸ਼ ਨਹੀਂ ਕਰਦਾ। ਆਖਿਰ ਕਾਰਨ ਕੀ ਨੇ, ਪੰਜਾਬ ਦੇ ਲੋਕ ਇਸ ਪ੍ਰਤੀ ਕੀ ਸੋਚਦੇ ਨੇ ਕਿ ਕਿਹੜੇ ਕਿਹੜੇ ਮੁੱਦੇ ਵਿਚਾਰਨ ਯੋਗ ਸਨ ਜਿਹੜੇ ਨਹੀਂ ਵਿਚਾਰੇ ਗਏ, ਜਾਂ ਫਿਰ ਵਿਧਾਨ ਸਭਾ ਦੀ ਕਾਰਵਾਈ ਨੂੰ ਹੋਰ ਲੰਬਾ ਕਰਨ ਦੀ ਜ਼ਰੂਰਤ ਹੈਗੀ ਸੀ, ਜਾਂ ਫਿਰ ਕਿਸ ਤਰ੍ਹਾਂ ਦੀ ਸੋਚ ਹੈਗੀ ਹੈ ਪੰਜਾਬ ਦੇ ਲੋਕਾਂ ਦੀ? ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਨਾਮ ਹੈ ਜੀ? ਅਰਸ਼ਦੀਪ ਸਿੰਘ ਹੈ ਜੀ। ਅੱਛਾ ਅਰਸ਼ਦੀਪ, ਜਿਵੇਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋ ਕੇ ਹਟਿਆ ਹੈਗਾ, ਹਾਲਾਂਕਿ 2 ਤਰੀਕ ਤੋਂ ਸ਼ੁਰੂ ਹੋਇਆ ਸੀਗਾ, 2 ਤਰੀਕ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ, 15 ਕੁ ਮਿੰਟ ਦਾ ਕੰਮ ਹੋਇਆ, ਉਸ ਤੋਂ ਬਾਅਦ ਉਠਾ ਦਿੱਤਾ ਗਿਆ, ਫਿਰ 3-4 ਦੀ ਛੁੱਟੀ ਹੋ ਗਈ 5 ਅਤੇ 6 ਨੂੰ। ਮੈਂ ਥੋੜ੍ਹਾ ਬਹੁਤਾ ਹੀ ਜਿਹੜਾ ਕੰਮ ਹੋਇਆ ਸਿਰਫ ਹੰਗਾਮਾ ਹੋਇਆ, ਕਾਰਨ ਕੀ ਮੰਨਦੇ ਹੋ ਕਿ ਕਿਹੜੇ ਕਿਹੜੇ ਮੁੱਦੇ ਅਜੇ ਵੀ ਵਿਚਾਰਨ ਯੋਗ ਨੇ ਪਰ ਨਹੀਂ ਵਿਚਾਰੇ ਗਏ? ਦੇਖੋ ਜੀ, ਗੱਲ ਇਹ ਹੈ ਜੀ, ਮੁੱਦੇ ਤਾਂ ਜੇ ਵਿਚਾਰਨ 'ਤੇ ਸਰਕਾਰ ਚਾਹੇ ਤਾਂ ਸਾਰੇ ਦਿਹਾੜੀ 2 ਦਿਨ 3 ਦਿਨ ਹਫ਼ਤਾ ਮਹੀਨਾ ਵੀ ਮਤਲਬ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ, ਕਿਉਂਕਿ ਲੋਕ ਹਰੇਕ ਵਰਗ ਦੇ ਮੁੱਦੇ ਅਲੱਗ ਨੇ, ਕਿਸਾਨਾਂ ਦੇ ਮੁੱਦੇ ਅਲੱਗ ਨੇ, ਮਜ਼ਦੂਰਾਂ ਦੇ ਅਲੱਗ ਨੇ, ਆੜ੍ਹਤੀਆਂ ਦੇ ਅਲੱਗ ਨੇ, ਵਪਾਰੀ ਦੇ ਅਲੱਗ ਨੇ। ਗੱਲ ਇਹ ਹੈ ਵੀ ਜਿਹੜੀ ਸਰਕਾਰ ਹੈ ਉਹਨੂੰ ਆਪਦੇ ਵਿਰੋਧੀ ਧਿਰ ਨੂੰ ਸੈਟਿਸਫਾਈ ਕਰਨਾ ਚਾਹੀਦਾ ਸੀ, ਜਿਹੜੇ ਵਿਰੋਧੀ ਧਿਰ ਹੈ ਉਸ ਨੂੰ ਸਰਕਾਰ ਵੱਲੋਂ ਕੋਈ ਚੰਗੇ ਤਰੀਕੇ ਨਾਲ ਆਪਣੇ ਮੁੱਦੇ ਦੀ ਸਵਾਲ ਪੁੱਛਣਾ ਚਾਹੀਦੇ ਸੀ। ਇਹ ਨਹੀਂ ਸੀ ਵੀ ਅਕਾਲੀ ਦਲ ਵਾਲੇ ਉਹ ਜ਼ਿੰਦਾਬਾਦ ਮੁਰਦਾਬਾਦ ਉਹ ਕਹਿਣ, ਆਮ ਆਦਮੀ ਵਾਲੇ ਜ਼ਿੰਦਾਬਾਦ ਮੁਰਦਾਬਾਦ ਉਹ ਕਹਿਣ, ਸਰਕਾਰ ਕਰੇ ਅਸੀਂ ਸੈਸ਼ਨ ਛੋਟਾ ਕਰਨਾ। ਵੀ ਤਿੰਨ ਪਾਰਟੀਆਂ ਨੇ, ਤਿੰਨਾਂ ਨੂੰ ਆਪਣੇ ਆਪਣੇ ਜਿਹੜੇ ਵਿਚਾਰ ਨੇ ਸਹੀ ਢੰਗ ਨਾਲ ਕਰਨੇ ਚਾਹੀਦੇ ਸੀ। ਸਰਕਾਰ ਵੱਲੋਂ ਇਹ ਚਾਹੀਦਾ ਵੀ ਸੈਸ਼ਨ ਲੰਬਾ ਕਰਦੇ, ਜਿਹੜੇ ਵਿਰੋਧੀ ਧਿਰ ਸਵਾਲ ਉਠਾਉਂਦੇ ਸੀ ਉਹਨਾਂ ਨੂੰ ਉਸ ਚੀਜ਼ 'ਤੇ ਚੰਗਾ ਜਵਾਬ ਦਿੰਦੇ, ਸਰਕਾਰ ਆਪਦੀ ਪ੍ਰਾਪਤੀ ਨੂੰ ਦੱਸਦੀ, ਵਿਰੋਧੀ ਧਿਰ ਆਪਣੀਆਂ ਜਿਹੜੇ ਸਵਾਲ ਨੇ ਉਹ ਚੰਗੀ ਤਰ੍ਹਾਂ ਪੁੱਛਦੇ। ਜਿਹੜਾ ਇਹ ਇਹਨਾਂ ਸਰਕਾਰ ਦਾ ਖਰਚ ਹੁੰਦਾ ਬਹੁਤ ਜ਼ਿਆਦਾ ਖਰਚ ਹੁੰਦਾ ਜੀ, ਪਰ ਇਹਦੇ ਵਿੱਚ ਜੇ ਕਹੀਏ ਵੀ ਵਿਧਾਨ ਸਭਾ ਦੇ ਵਿੱਚ ਕੋਈ ਲੋਕ ਪੱਖੀ ਗੱਲ ਹੋਈ ਹੈ, ਮੈਂ ਸਮਝਦਾ ਨਹੀਂ ਹੋਈ ਗੱਲ ਜੀ। ਅੱਛਾ, ਕਾਰਨ ਕੀ ਮੰਨਦੇ ਹੋ ਕਿ ਕਿਉਂ ਸਰਕਾਰ ਸੈਸ਼ਨ ਹੈਗਾ ਜਿਹੜਾ ਉਹ ਛੋਟਾ ਰੱਖਦੀ ਹੈ? ਹਾਲਾਂਕਿ ਲੰਬਾ ਰੱਖਿਆ ਜਾ ਸਕਦਾ, 2 ਘੰਟੇ ਦੀ ਕਾਰਵਾਈ ਹੁੰਦੀ ਹੈ, ਸ਼ਨੀ ਐਤਵਾਰ ਦੀ ਛੁੱਟੀ ਵੀ ਕਰ ਦਿੱਤੀ ਜਾਂਦੀ ਹੈ ਕਿ ਸ਼ਨੀ ਐਤਵਾਰ ਨੂੰ ਜਾਂ ਸ਼ਨੀਵਾਰ ਨੂੰ ਕੰਮ ਨਹੀਂ ਕੀਤਾ ਜਾ ਸਕਦਾ, ਹਾਲਾਂਕਿ ਸੈਸ਼ਨ ਪੂਰੇ ਸਾਲ ਦਾ ਨਹੀਂ ਹੈਗਾ, ਸਿਰਫ 3-4 ਦਿਨ ਦਾ ਸੈਸ਼ਨ ਹੈਗਾ, ਉਹ ਵੀ ਲਮਕਾ ਲਮਕਾ ਕੇ ਕੰਮ ਕਿਉਂ ਕੀਤੇ ਜਾਂਦੇ ਨੇ? ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ? ਦੇਖੋ ਜੀ, ਕਾਰਨ ਇਹ ਹੈ ਜੀ, ਮੈਂ ਜਿਹੜੀ ਮੇਰੀ ਸਮੇਰੀ ਆਪਣੀ ਨਿੱਜੀ ਸੋਚ ਹੈ ਕਿ ਵੀ ਹਰ ਇੱਕ ਬੰਦਾ ਆਪਣੀ ਸਿਰਫ ਨਿੱਜੀ ਪੋਲੀਟਿਕਸ ਕਰਦਾ, ਕੋਈ ਲੋਕ ਪੱਖੀ ਪੋਲੀਟਿਕਸ ਨਹੀਂ ਕਰਦਾ। ਸੈਟਰਡੇ ਸੰਡੇ ਛੁੱਟੀ ਕਿਉਂ ਹੋਣੀ ਚਾਹੀਦੀ ਆ? ਫਿਰ ਜੇ ਸੈਟਰਡੇ ਸੰਡੇ ਛੁੱਟੀ ਹੈਗੀ ਆ ਤਾਂ ਮੰਤਰੀ, MLA, ਚਾਹੇ ਉਹ ਸਰਕਾਰ ਦੇ ਨੇ, ਚਾਹੇ ਵਿਰੋਧੀ ਧਿਰ ਦੇ ਨੇ, ਚਾਹੇ ਤੀਜੀ ਫਰੰਟ ਦੇ ਨੇ, ਆਪਣੀ ਉਸ ਦਿਨ ਦੀ ਸੈਟਰਡੇ ਸੰਡੇ ਦੀ ਤਨਖਾਹ ਘਟਾਇਆ ਕਰਨ। ਪੰਜਾਬ ਦੇ ਲੋਕਾਂ ਨੂੰ ਦੱਸਣ ਵੀ ਸੈਟਰਡੇ ਸੰਡੇ ਅਸੀਂ ਕੰਮ ਨਹੀਂ ਕਰ ਸਕਦੇ, ਛੁੱਟੀ ਆ, ਇਸ ਲਈ ਅਸੀਂ ਆਪਣੀ ਤਨਖਾਹ ਨਹੀਂ ਲਵਾਂਗੇ। ਬਿਲਕੁਲ ਸੈਟਰਡੇ ਸੰਡੇ ਵੀ ਹੋਣਾ ਚਾਹੀਦਾ ਗਾ, ਇਕੱਲੀ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਵੀ ਕੰਮ ਹੋਣਾ ਚਾਹੀਦਾ, ਲੋਕਾਂ ਦੇ ਮਸਲੇ ਲੋਕਾਂ ਦੇ ਮਸਲੇ ਦਾ ਹੱਲ ਹੋਣਾ ਚਾਹੀਦਾ। ਕਿਸੇ ਮਸਲਾ ਕੋਈ ਹੱਲ ਨਹੀਂ ਹੁੰਦਾ, ਚਾਹੇ ਸਰਕਾਰ ਕਾਂਗਰਸ ਦੀ ਹੈ, ਚਾਹੇ ਅਕਾਲੀ ਦਲ ਦੀ ਹੈ, ਚਾਹੇ ਆਮ ਆਦਮੀ ਦੀ ਹੈ, ਕਿਤੇ ਵੀ ਕੋਈ ਸਰਕਾਰ ਆ, ਲੋਕਾਂ ਦੇ ਕੰਮ, ਮੈਂ ਇੱਕ ਗੱਲ ਤਾਂ ਵੀ ਨਾ ਕਹਿ ਸਕਦਾ, ਕੋਈ ਵੀ ਵਰਗ, ਚਾਹੇ ਕਿਸਾਨ ਹੈ, ਵਪਾਰੀ ਹੈ, ਮਜ਼ਦੂਰ ਹੈ, ਇੰਪਲੋਈ ਹੈ, ਕੋਈ ਬੰਦਾ ਹੱਥ ਖੜਾ ਕਰਕੇ ਕਹਿ ਸਕਦਾ ਵੀ ਅਸੀਂ ਆਹ, ਸਾਡਾ ਆਹ ਵਰਗ ਸੰਤੁਸ਼ਟ ਹੈ, ਕੋਈ ਸੰਤੁਸ਼ਟ ਨਹੀਂ, ਚਾਹੇ ਸਰਕਾਰ ਕਾਂਗਰਸ ਦੀ ਹੈ। ਮੈਂ ਇਹ ਨਹੀਂ ਕਹਿੰਦਾ ਵੀ ਕਾਂਗਰਸ ਦਾ ਦੋਸ਼ ਆ, ਪਹਿਲਾਂ ਅਕਾਲੀ ਦਲ ਦਾ ਦੇਖ ਲਓ, ਜੇ ਕਹੋ ਤਾਂ ਕੇਜਰੀਵਾਲ ਤੋਂ ਉੱਥੇ ਵੀ ਲੋਕ ਖੁਸ਼ ਨਹੀਂ ਹੈਗੇ। ਮਤਲਬ ਇਹ ਕੋਈ ਵੀ ਸਰਕਾਰ ਹੈ, ਸਰਕਾਰ ਨੂੰ ਚਾਹੀਦਾ ਕਿ ਲੋਕਾਂ ਤੋਂ ਸਵਾਲ ਲਵੇ, ਉਹ ਲੋਕਾਂ ਦੇ ਸਵਾਲ ਆ ਜਿਹੜੇ ਨਾ ਵਿਧਾਨ ਸਭਾ 'ਚ ਵੀ ਅਸੀਂ ਲੋਕਾਂ ਤੋਂ ਆਹ ਫੀਡਬੈਕ ਲਿੱਤੀ, ਅਸੀਂ ਇਸ ਚੀਜ਼ ਦਾ ਜਵਾਬ ਵਿਰੋਧੀ ਧਿਰ ਨੂੰ ਅਤੇ ਲੋਕਾਂ ਨੂੰ ਲਾਈਵ ਕਰਕੇ ਦਿਖਾਉਣਾ ਚਾਹੀਦਾ।
ਅੱਛਾ, ਤੁਸੀਂ ਕਹਿ ਰਹੇ ਹੋ ਕਿ ਕਿਤੇ ਨਾ ਕਿਤੇ ਜੋ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਤੋਂ ਪੁੱਛ ਕੇ ਫਿਰ ਉਹਦਾ ਵਿਧਾਨ ਸਭਾ ਦੇ ਵਿੱਚ ਹੱਲ ਕੱਢਿਆ ਜਾਣਾ ਚਾਹੀਦਾ। ਬਿਲਕੁਲ, ਹੱਲ ਕੱਢਿਆ ਜਾਣਾ ਚਾਹੀਦਾ ਜੀ। ਸਰਕਾਰ, ਲੋਕ ਸਰਕਾਰ ਬਣਾਉਂਦੇ, ਅਸੀਂ ਅਸੀਂ ਵੋਟਾਂ ਪਾਉਂਦੇ ਹਾਂ ਸਰਕਾਰ ਨੂੰ, ਇਸ ਵਾਸਤੇ ਵੋਟਾਂ ਪਾਉਂਦੇ ਹਾਂ ਕਿ ਸਾਡੇ ਜਿਹੜੇ ਮਸਲੇ ਨੇ, ਲੋਕਾਂ ਦੀਆਂ ਮੁਸ਼ਕਿਲਾਂ ਨੇ। ਸਰਕਾਰ ਕੋਈ ਆਮਦਨ ਦਾ ਸਾਧਨ ਨਹੀਂ ਹੈਗੀ, ਜੇ ਸਰਕਾਰ ਕਹੀ ਲੋਕਾਂ ਤੋਂ ਟੈਕਸ ਵਸੂਲ ਕੇ ਅਸੀਂ ਸਰਕਾਰ ਅਮੀਰ ਹੋ ਜਾਏਗੀ, ਅਮੀਰ ਨਹੀਂ, ਸਰਕਾਰ ਮਤਲਬ ਹੋਣੀ ਚਾਹੀਦੀ। ਸਰਕਾਰ ਨੂੰ ਚਾਹੀਦਾ ਕਿ ਜਿਹੜਾ ਵੀ ਕੋਈ ਵੀ ਵਰਗ ਹੈ ਉਹਦੀ ਕੀ ਸਮੱਸਿਆ, ਅਸੀਂ ਉਹਦਾ ਹੱਲ ਕਰੀਏ, ਅਸੀਂ ਉਹਨੂੰ ਇੱਕ ਵਾਈਟ ਪੇਪਰ ਦਿਖਾਈਏ, ਤੁਸੀਂ ਤੁਹਾਡੀ ਆਹ ਸਮੱਸਿਆ ਸੀ ਪਿਛਲੀ ਵਿਧਾਨ ਸਭਾ 'ਚ, ਆਹ ਤੁਹਾਡੀ ਸਮੱਸਿਆ ਸੀ, ਅਸੀਂ ਆਹ ਨੈਕਸਟ ਟਾਈਮ ਅਸੀਂ ਵਿਧਾਨ ਸਭਾ ਜੁੜੀ ਅਤੇ ਅਸੀਂ ਆਹ ਤੁਹਾਡਾ ਹੱਲ ਕਰਤਾ। ਅੱਛਾ, ਦੂਜਾ ਸਵਾਲ ਇਹ ਹੈਗਾ ਕਿ ਪੰਜਾਬ ਦੇ ਜਿਹੜੇ ਕਾਫੀ ਗੰਭੀਰ ਮਸਲੇ ਹੈਗੇ ਨੇ ਉਹ ਮੈਂ ਦੇਖ ਰਿਹਾ ਸੀ ਕਾਰਵਾਈ ਦੇ ਵਿੱਚ ਕਿਤੇ ਵੀ ਵਿਚਾਰੇ ਨਹੀਂ ਗਏ, ਤੁਹਾਡੇ ਮੁਤਾਬਿਕ ਕਿਹੜੇ ਕਿਹੜੇ ਮੁੱਦੇ ਵਿਚਾਰਨਯੋਗ ਸਨ ਜਿਹੜੇ ਨਹੀਂ ਵਿਚਾਰੇ ਗਏ, ਪਹਿਲ ਦੇ ਆਧਾਰ ਦੇ ਉੱਤੇ ਮੁੱਦੇ ਕਿਹੜੇ ਸਨ? ਗੱਲ ਇਹ ਹੈ ਜੀ, ਇਹਦੇ ਵਿੱਚ ਕੋਈ ਵੀ ਮੁੱਦਾ ਨਹੀਂ ਵਿਚਾਰਿਆ ਗਿਆ ਲੋਕਾਂ ਦਾ। ਆਪਣੇ ਰੌਲੇ ਰੁਪਏ ਅਕਾਲੀ ਦਲ ਆਪਣੀ ਚਮਕਾਉਂਦਾ ਸੀ, ਰਾਜਨੀਤੀ ਜਿੰਦਾਬਾਦ ਮੁਰਦਾਬਾਦ, ਬੇਅਦਬੀ ਕਾਂਡ ਅਤੇ CBI ਕਲੋਜ਼ਰ ਦੀ ਰਿਪੋਰਟ ਕਰਦਾ ਸੀ CBI, ਹਾਲਾਂਕਿ BJP ਦੀ ਹੈ, ਸੈਂਟਰ ਦੀ CBI ਹੈ, ਅਕਾਲੀ ਦਲ ਉਹਦੇ ਵਿੱਚ ਭਾਈਵਾਲ ਹੈ। ਆਮ ਆਦਮੀ ਹੈ ਉਹ ਆਪ ਖੇਰੂੰ ਖੇਰੂੰ ਆ, ਉਹਦੇ ਵਿੱਚੋਂ ਕੋਈ ਮੁੱਦਾ ਹੀ ਨਹੀਂ ਚੁੱਕ ਹੋਇਆ। ਉਹ ਅਮਨ ਅਰੋੜਾ ਜੀ ਆਪਦੀ ਗੱਲ ਕਰਦੇ ਆ, ਇਕੱਲੇ ਨੇ ਉਹ, ਅਤੇ ਮੁੜ ਕੇ ਵਿਧਾਨ ਸਭਾ ਦੇ ਵਿੱਚ ਜਿਹੜੇ ਦੂਜੇ ਨੇ ਆਮ ਆਦਮੀ ਵਾਲੇ ਉਹ ਆਪਦੀ ਮਤਲਬ ਉਹ ਕਰਦੇ, ਉਹਨਾਂ ਦਾ ਆਪਦਾ ਦੇਖਾ ਨਹੀਂ ਹੈਗਾ। ਸਰਕਾਰ ਆਪਦੀਆਂ ਪ੍ਰਾਪਤੀਆਂ ਗਿਣਾਉਣ ਦੀ ਬਜਾਏ ਉਹਨਾਂ ਦੋਨਾਂ ਨੂੰ ਸੈਟਿਸਫਾਈ ਕਰਨ ਦੇ ਵਿੱਚ ਆਏ ਵੀ ਤੁਹਾਡਾ ਸਵਾਲ ਆ ਗਿਆ ਨਹੀਂ ਆ ਗਿਆ, ਉੱਥੋਂ ਮਤਲਬ ਭੱਜਦੀ ਹੈ। ਇਹ ਗੱਲ ਪਹਿਲੀ ਵਾਰੀ ਨਹੀਂ ਹੈਗਾ ਕਿ ਕਾਂਗਰਸ ਭੱਜੀ ਹੈ ਇਕੱਲੀ, ਪਹਿਲਾਂ ਵੀ ਮਤਲਬ ਇੱਦਾਂ ਹੀ ਹੁੰਦਾ ਰਿਹਾ ਹੈਗਾ, ਪਰ ਸਰਕਾਰ ਨੂੰ ਚਾਹੀਦਾ ਕਿ ਆਪਣਾ ਵਾਈਟ ਪੇਪਰ ਦੇਵੇ ਵੀ ਅਸੀਂ ਆਹ ਲੋਕਾਂ ਨੇ ਮਸਲੇ ਸੀ, ਆਹ ਮਸਲੇ ਤੁਹਾਡੇ ਹੱਲ ਕਰ ਦਿੱਤੇ। ਕੋਈ ਵੀ ਸਰਕਾਰ ਆਪਦੇ ਹੱਥ ਖੜੇ ਕਰਕੇ ਦੇ, ਅਸੀਂ ਤੁਹਾਡਾ ਆਹ ਮਸਲਾ ਹੱਲ ਕਰ ਦਿੱਤਾ। ਕਿਸਾਨਾਂ ਦਾ ਮੁੱਦਾ ਦੇਖ ਲਓ, ਕਿਸਾਨਾਂ ਨੂੰ ਝੋਨੇ ਦਾ ਭਾਅ ਨਹੀਂ ਮਿਲ ਰਿਹਾ, ਕਣਕ ਦਾ ਭਾਅ ਨਹੀਂ ਮਿਲ ਰਿਹਾ, ਉਹਨਾਂ ਦੀ ਲਿਫਟਿੰਗ ਦਾ ਸਮੱਸਿਆ, ਜਾੜਤੀ ਨਾਲ ਅਸੀਂ CM ਸਾਹਿਬ ਮੀਟਿੰਗ ਕਰ ਰਹੇ ਹਾਂ, ਮਤਲਬ ਕਿ ਯੂਰੀਏ ਦੀ ਬੋਰੀ ਹੈ ਜੀ, ਪਹਿਲਾਂ 50 ਕਿਲੋ ਦੀ ਹੁੰਦੀ ਸੀ, ਇਸ ਵਾਰ 45 ਕਿਲੋ ਦੀ ਕਰਤੀ, 5 ਕਿਲੋ ਘਟਾਤਾ, ਰੇਟ ਵਧਾਤਾ, ਕੀ ਇਸ ਨਾਲ ਕਿਸਾਨ ਖੁਸ਼ ਹੋ ਗਏ? ਕਿਸਾਨਾਂ ਦੇ ਤਾਂ ਮਤਲਬ ਹਰ ਰੋਜ਼, ਮੈਂ ਵੀ ਖੁਦ ਕਿਸਾਨ ਹਾਂ, ਕਿਸਾਨਾਂ ਨੂੰ ਮਤਲਬ ਮਾਰਿਆ ਜਾ ਰਿਹਾ, ਕਿਸਾਨ ਨੂੰ ਉਠਾਇਆ ਜਾ ਰਿਹਾ, ਕਿਸੇ ਕੱਲੇ ਕਿਸਾਨਾਂ ਦੀ ਨਹੀਂ, ਇੰਪਲੋਈਜ਼ ਦੀ ਲੈ ਲਓ, ਵਪਾਰੀ ਲਓ, ਕੋਈ ਵੀ ਵਰਗ ਮਤਲਬ ਸਰਕਾਰ ਕਹਿ ਦੇ, ਵਿਰੋਧੀ ਧਿਰ ਕਹਿ ਦੇ, ਅਸੀਂ ਇਹਨਾਂ ਦਾ ਮਸਲਾ ਚੁੱਕਿਆ ਸੀ, ਇਹਦਾ ਹੱਲ ਹੋ ਗਿਆ। ਹੱਲ ਨਾ ਕਿਤੇ ਪੰਜਾਬ ਦੀ ਜਿਹੜੀ ਵਿਧਾਨ ਸਭਾ ਹੈਗੀ ਉਸ ਕਾਰਵਾਈ ਦੇ ਵਿੱਚ ਰੌਲਾ ਰੱਪਾ ਹੈ ਅਤੇ ਲੋਕਾਂ ਦੇ ਮਸਲੇ ਨਹੀਂ ਹੱਲ ਹੋਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਗੁਰਜੰਟ ਸਿੰਘ। ਅੱਛਾ ਗੁਰਜੰਟ ਜੀ, ਜੋ ਕਾਰਵਾਈ ਹੋਈ ਹੈਗੀ ਵਿਧਾਨ ਸਭਾ ਦੇ ਵਿੱਚ, ਸੰਤੁਸ਼ਟ ਹੈਗੇ ਕਿ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ? ਨਹੀਂ ਜੀ, ਨਹੀਂ, ਬਿਲਕੁਲ ਸੰਤੁਸ਼ਟ ਨਹੀਂ। ਪਹਿਲੀ ਗੱਲ ਤਾਂ ਜਿਹੜਾ ਸਰਕਾਰ ਦਾ ਮੇਨ ਮੁੱਦਾ ਨਸ਼ਿਆਂ ਵਾਲਾ ਸੀਗਾ, ਉਹਦੇ ਤੋਂ ਹਰ ਇੱਕ ਪਿੰਡ ਦੇ ਵਿੱਚ ਹੱਟੀ, ਹਰ ਦੁਕਾਨ, ਹਰ ਜਗ੍ਹਾ 'ਤੇ ਨਸ਼ਾ ਆਮ ਵਿਕਦਾ। ਇਹਨਾਂ ਤੋਂ ਕੋਈ ਉਹਦਾ ਹੱਲ ਹੀ ਨਹੀਂ, ਨਾ ਕੋਈ ਫੜ ਰਿਹਾ, ਨਾ ਕੋਈ ਸ਼ਿਕਾਇਤ ਕਰਤਾ ਦੀ ਸੁਣਵਾਈ ਕਰ ਰਿਹਾ, ਉਲਟਾ ਸਮਾਂ 'ਤੇ ਉਹਦੇ ਘਰ ਆ ਕੇ ਗੁੰਡੇ ਕੁੱਟ ਕੇ ਜਾਂਦੇ, ਜਿਹੜਾ ਕੋਈ ਸ਼ਿਕਾਇਤ ਕਰਦਾ। ਹੋਰ ਸਰਕਾਰ ਦੀ ਨਾਕਾਮੀ ਇਹ ਦੁੱਕੀ ਹੋਊਗੀ। ਅੱਛਾ, ਕਿਹੜੇ ਕਿਹੜੇ ਮੁੱਦੇ ਜਿਹੜੇ ਚਾਹੁੰਦੇ ਸੀ ਤੁਸੀਂ ਨਿੱਜੀ ਤੌਰ 'ਤੇ ਵੀ ਇਹ ਵਿਚਾਰਨੇ ਚਾਹੀਦੇ ਸਨ ਜਿਹੜੇ ਵਿਧਾਨ ਸਭਾ ਦੇ ਵਿੱਚ ਵਿਚਾਰੇ ਨਹੀਂ ਗਏ? ਮੇਨ ਗੱਲ ਤਾਂ ਆਪਣੇ ਪਹਿਲੇ ਪੁਆਇੰਟ 'ਤੇ ਜਿਹੜੀ ਗੱਲ ਆ ਵੀ 12 ਐਤਵਾਰ ਵਾਲੀ, ਸ਼ਨੀਵਾਰ 'ਤੇ ਸੱਚੜਿਆ ਦੀ ਇਹਦੀ ਸੰਡੇ ਦੀ ਗੱਲ ਆ ਨਾ, ਸਾਡਾ ਕੋਈ ਜ਼ਿਮੀਂਦਾਰ ਦਾ ਟਾਈਮ ਨਹੀਂ, ਮਜ਼ਦੂਰ ਦਾ ਕੋਈ ਟਾਈਮ ਨਹੀਂ, ਡਬਲ ਡਬਲ ਸ਼ਿਫਟ ਲਾਉਂਦਾ, 16-16 ਘੰਟੇ ਅਸੀਂ ਖੇਤ 'ਚ ਕੰਮ ਕਰਦੇ ਹਾਂ, ਸਾਡਾ ਕੋਈ ਟਾਈਮ ਨਹੀਂ। ਇਹਨਾਂ ਦਾ ਸੰਡੇ ਯਾਰ ਸੱਚੜੇ ਦਾ ਕੀ ਮਤਲਬ ਛੁੱਟੀ ਕਰਨ ਦਾ? ਲੋਕ ਕੰਮ ਪਬਲਿਕ ਕਮਰੇ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਇਹ ਵੀ ਕਰਨਾ ਚਾਹੀਦਾ ਇਹਨਾਂ ਨੂੰ, ਹਾਲਾਂਕਿ ਦਿਨ ਰਾਤ ਮੈਂ ਉਹ ਕਰਕੇ ਕਰਨਾ ਚਾਹੀਦਾ, ਸੋਚਣਾ ਚਾਹੀਦਾ ਜਿਹੜੇ ਇਹਨਾਂ ਨੂੰ ਹਫ਼ਤਾ ਰੱਖਦੇ ਨੇ ਸੈਸ਼ਨ, ਇਹ ਕਰੇ 15 ਮਿੰਟ, ਕਰੇ 2 ਘੰਟੇ, ਇਹ ਤਾਂ ਕੋਈ ਗੱਲ ਬਹੁਤੀ ਸਰਕਾਰ ਦੀ ਕੋਈ ਬਹੁਤੀ ਉਹ ਨਹੀਂ, ਪ੍ਰਾਪਤੀ ਹੈ। ਅੱਛਾ, ਜਿਵੇਂ ਰੌਲਾ ਰੱਪਾ ਵਿਧਾਨ ਸਭਾ ਦੇ ਵਿੱਚ ਪਿਆ ਹੈ, ਹਾਲਾਂਕਿ ਇਹੋ ਜਿਹਾ ਰੌਲਾ ਰੱਪਾ ਸਕੂਲਾਂ ਦੇ ਵਿੱਚ ਛੋਟੇ ਛੋਟੇ ਬੱਚੇ ਇਹੋ ਜਿਹੇ ਅੰਦਾਜ਼ ਦੇ ਵਿੱਚ ਜਿਹੜੇ ਆਪਸ ਦੇ ਵਿੱਚ ਖਹਿਬਾਜ਼ੀਆਂ ਕਰਦੇ ਨੇ, ਹਾਲਾਂਕਿ ਇਹ ਹੈਗੇ ਨੇ ਲੋਕ ਨੁਮਾਇੰਦੇ, ਲੋਕਾਂ ਦੀ ਗੱਲ ਇਹਨਾਂ ਨੇ ਕਰਨੀ ਸੀਗੀ, ਪਰ ਲੋਕਾਂ ਦੀ ਗੱਲ ਦੇ ਬਜਾਏ ਨਿੱਜੀ ਕਿੜਾਂ ਕੱਢਣ ਦੀਆਂ ਕੋਸ਼ਿਸ਼ਾਂ ਤੁਹਾਨੂੰ ਲੱਗਦੀਆਂ ਕਿਤੇ ਕਿਤੇ ਕੀਤੀਆਂ ਜਾ ਰਹੀਆਂ ਸਨ? ਨਿੱਜੀ ਕਿੜਾਂ ਦੀ ਬਜਾਏ ਆਪਦੀਆਂ ਨਾਕਾਮੀਆਂ ਲੁਕਾਉਣ ਦੀ ਬਜਾਏ, ਜੋ ਆਪਦੇ ਬੀਤੇ ਸਮੇਂ ਦੀ ਸਰਕਾਰਾਂ ਨੇ, ਜੋ ਮੌਜੂਦਾ ਸਰਕਾਰਾਂ ਨੇ ਆਪਦੀਆਂ ਨਾਕਾਮੀਆਂ ਪਬਲਿਕ ਤੋਂ ਲੁਕਾਉਣ ਦੀ ਬਜਾਏ ਰੌਲਾ ਰੱਪਾ ਹੋ ਰਿਹਾ ਸਾਰਾ ਕੁਛ, ਹੋਰ ਕੁਛ ਨਹੀਂ।
ਆਪਦਾ ਕ੍ਰੈਡਿਟ ਲੈਣ ਲਈ ਮੈਂ ਅਸੀਂ ਸਹੀ ਹਾਂ, ਉਹ ਕਹਿੰਦਾ ਅਸੀਂ ਸਹੀ ਹਾਂ, ਬਸ ਇਦੋਂ ਵੱਧ ਹੋਰ ਕੁਛ ਨਹੀਂ ਹੈ। ਅੱਛਾ, ਕਿੰਨੇ ਚਿਰ ਦੀ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਸੀਗੀ ਵਿਧਾਨ ਸਭਾ ਦੀ, ਕਿੰਨੇ ਚਿਰ? ਘੱਟੋ ਘੱਟ 15 ਤੋਂ 2 ਦਿਨ ਤਾਂ ਹੋਣੇ ਚਾਹੀਦੇ ਨੇ ਲੋਕਾਂ ਨੇ ਚੁਣ ਕੇ, ਇਕੱਲੇ ਇਕੱਲੇ ਬੰਦੇ ਦਾ ਵਿਚਾਰਿਆ ਜਾਵੇ ਨਾ। 10 ਤੋਂ 15 ਦਿਨ ਦਾ ਐਂ ਖੁੱਲ੍ਹਾ ਪੂਰਾ ਟਾਈਮ ਹੋਵੇ, ਸਵੇਰੇ 9 ਵਜੇ ਤੋਂ 5 ਵਜੇ ਤੱਕ ਕਾਰਵਾਈ ਹੋਣੀ ਚਾਹੀਦੀ ਆ। ਇਹਦੇ ਵਿੱਚ ਸੱਚੜੇ ਛੰਡੇ ਦਾ ਕੀ ਮਤਲਬ ਆ? ਸਾਲ ਦੇ ਵਿੱਚ ਕਿੰਨੇ ਤੁਸੀਂ ਬੈਠਕਾਂ ਕਰਦੇ, ਕਿੰਨੀਆਂ ਵਿਧਾਨ ਸਭਾ ਦੇ ਮੀਟਿੰਗਾਂ ਆਉਂਦੇ ਹੁੰਦੇ ਨੇ? ਕੀ ਮੰਗ ਕਰਦੇ ਆ ਕਿ ਕਿਹੜੇ ਕਿਹੜੇ ਮੁੱਦੇ ਵਿਚਾਰਨ ਯੋਗ ਹੈਗੇ ਸਨ, ਵਿਚਾਰਨ ਜਿਹੜੇ ਪਹਿਲ ਦੇ ਆਧਾਰ ਦੇ ਉੱਤੇ ਮੁੱਦੇ ਤੁਹਾਡੇ? ਅਨਇੰਪਲਾਇਮੈਂਟ ਨੇ, ਬੇਰੁਜ਼ਗਾਰੀ ਆ, ਨਸ਼ਾ, ਕਿਸਾਨਾਂ ਦੇ ਮੁੱਦੇ ਨੇ, ਕਿਸਾਨਾਂ ਦੀਆਂ ਖੁਦਕੁਸ਼ੀਆਂ ਨੇ, ਮਜ਼ਦੂਰ ਦਾ ਬੁਰਾ ਹਾਲ ਆ। ਦੱਸੋ ਵੀ ਹੋਰ ਕਿਹੜਾ ਮੁੱਦਾ ਨਹੀਂ, ਇਹਨਾਂ ਨੇ ਕਿਹੜਾ ਵਿਚਾਰ ਹੈ, ਕਿਹੜੇ ਹੈਗਾ? ਯੂਥ ਆਪਣਾ ਬਾਹਰ ਜਾ ਰਿਹਾ, ਪੰਜਾਬ ਦਾ ਸਾਰਾ ਪਲੱਸ ਟੂ ਤੋਂ ਬਾਅਦ ਹਰੇਕ ਯੂਥ ਬਾਹਰ ਜਾਣ ਲੱਗ ਗਿਆ, ਅਤੇ ਸਰਕਾਰਾਂ ਕਿਉਂ ਨਹੀਂ ਕਰ ਰਹੀਆਂ ਜੀ? ਇੱਕ ਗੱਲ ਇਹ ਜੀ, ਮੈਂ ਗੱਲ ਕਹਿਣੀ ਚਾਹਾਂਗਾ ਵੀ ਪਹਿਲਾਂ ਮੋਦੀ ਸਰਕਾਰ ਕਹਿੰਦੀ ਸੀ ਮੈਂ 2 ਕਰੋੜ ਨੌਕਰੀਆਂ ਦਿਆ ਕਰੂੰਗੀ ਹਰੇਕ ਸਾਲ, ਮੋਦੀ ਨੇ ਕੋਈ ਨੌਕਰੀ ਨਹੀਂ ਦਿੱਤੀ। ਇਹ ਸਰਕਾਰ ਆਈ ਆ, ਇਹਨੇ ਵੀ ਕਿਹਾ ਸੀ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ, ਉਹ ਕੋਈ ਨਹੀਂ ਮਿਲੀ। ਗੱਲ ਇਹ ਹੈ ਵੀ ਸਰਕਾਰ ਸੈਂਟਰ ਦੀ ਆ ਚਾਹੇ ਪੰਜਾਬ ਦੀ ਆ ਚਾਹੇ ਕਿਸੇ ਸਟੇਟ ਦੀ ਆ, ਸਿਰਫ ਅਤੇ ਸਿਰਫ ਆਪਣੀ ਨਾਕਾਮੀਆਂ 'ਚ ਪਾਉਣ ਅਤੇ ਲੋਕਾਂ ਦੇ ਮੁੱਦਿਆਂ ਨੂੰ ਭੜਕਾਉਣ ਦੀ ਰਾਜਨੀਤੀ ਕਰਦੀ ਆ। ਪਰ ਇੱਕ ਗੱਲ ਇਹਦੇ ਵਿੱਚ, ਇਸ ਸੈਸ਼ਨ ਦੇ ਵਿੱਚ ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਹੈ ਕਿ ਮੰਤਰੀਆਂ ਨੇ ਦੇ ਜੋ ਇਨਕਮ ਟੈਕਸ ਹੈ ਉਹ ਕੈਪਟਨ ਸਾਹਿਬ ਨੇ ਮਤਲਬ ਕੀਤਾ ਵੀ ਆਪਣੀ ਜੇਬ 'ਚੋਂ ਭਰਨਗੇ, ਉਹ ਗੱਲ ਇੱਕ ਚੰਗੀ ਹੋਈ ਹੈ। ਇਸ ਤੋਂ ਬਿਨਾਂ ਮੈਂ ਤਾਂ ਸਮਝਦਾ ਨਹੀਂ ਕੋਈ ਗੱਲ ਚੰਗੀ ਹੋਈ ਹੋਵੇ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਹ ਸਨ ਪੰਜਾਬ ਦੇ ਕੁਝ ਲੋਕ ਜਿਨ੍ਹਾਂ ਨੇ ਵਿਧਾਨ ਸਭਾ ਦੀ ਕਾਰਵਾਈ ਜੋ ਕਾਫੀ ਘੱਟ ਸਮੇਂ ਦੇ ਲਈ ਚੱਲੀ, ਜਿਸ ਦੇ ਵਿੱਚ ਕਾਫੀ ਹੰਗਾਮਾ ਹੋਇਆ, ਲੋਕ ਮੁੱਦਿਆਂ ਦੀ ਗੱਲ ਘੱਟ ਹੋਈ ਹੈ, ਉਸ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ, ਅਤੇ ਕੁਝ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਪਰ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਆਖਿਰ ਕਿਉਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਮਹਿਜ਼ ਕੰਮਕਾਜੀ ਦਿਨ ਸਿਰਫ 2 ਦਿਨ ਰੱਖੇ ਗਏ, 1 ਦਿਨ ਸ਼ਰਧਾਂਜਲੀਆਂ ਦੇ ਵਿੱਚ ਚਲਾ ਗਿਆ ਅਤੇ 2 ਦਿਨ ਛੁੱਟੀ ਦੇ ਵਿੱਚ ਵਧਾ ਦਿੱਤੇ ਗਏ, ਅਤੇ ਬਾਕੀ ਜਿਹੜੇ ਬਚੇ ਦਿਨ ਉਹਨਾਂ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ। ਆਖਿਰ ਅਜਿਹੀ ਕਾਰਵਾਈ ਕਿਉਂ ਹੁੰਦੀ ਹੈ, ਕਿਉਂ ਲੋਕ ਮੁੱਦੇ ਨੇ ਜਿਹੜੇ ਉਹ ਵਿਚਾਰੇ ਨਹੀਂ ਜਾਂਦੇ? ਪੰਜਾਬ ਦੇ ਕੁਝ ਲੋਕ ਮੌਜੂਦ ਨੇ, ਜਾਣਦੇ ਹਾਂ ਕਿ ਵਿਧਾਨ ਸਭਾ ਦੀ ਕਾਰਵਾਈ ਦੀ ਅਸਲ ਦੇ ਵਿੱਚ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ? ਮੇਰਾ ਨਾਮ ਸਤਨਾਮ ਸਿੰਘ ਹੈ ਜੀ। ਅੱਛਾ ਸਤਨਾਮ, ਜਿਵੇਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਹੋਈ ਹੈਗੀ ਹੈ, ਜਿਸ ਤਰ੍ਹਾਂ ਦੇ ਉੱਥੇ ਮਾਹੌਲ ਦੇਖਣ ਨੂੰ ਮਿਲਦੇ ਨੇ, ਹਰ ਵਾਰ ਦੀ ਕਾਰਵਾਈ ਹੁੰਦੀ ਹੈ ਚਾਹੇ ਸਰਕਾਰ ਕੋਈ ਵੀ ਹੋਵੇ, ਜਿਸ ਤਰ੍ਹਾਂ ਦਾ ਹੰਗਾਮਾ ਹੁੰਦਾ ਹੈਗਾ ਹੈ, ਜਿਸ ਤਰ੍ਹਾਂ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀਆਂ ਕੀਤੀਆਂ ਜਾਂਦੀਆਂ ਨੇ, ਨਿੱਜੀ ਕਿਹੜਾ ਕੱਢੀਆਂ ਜਾਂਦੀਆਂ ਨੇ, ਕਾਰਵਾਈ ਅਸਲ ਤਰੀਕੇ ਦੇ ਨਾਲ ਕਿੰਨੇ ਦਿਨ ਦੀ ਮੰਗਦੇ ਹੋ, ਤੁਹਾਡੇ ਹਿਸਾਬ ਦੇ ਨਾਲ ਕਿੰਨੇ ਦਿਨ ਦੀ ਹੋਣੀ ਚਾਹੀਦੀ ਹੈ? ਮੇਰੇ ਹਿਸਾਬ ਨਾਲ ਕਮ ਸੇ ਕਮ 15 ਦਿਨ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ, ਅਤੇ ਲੋਕਾਂ ਦੇ ਮੁੱਦੇ ਚੁੱਕਣੇ ਚਾਹੀਦੇ ਨੇ। ਪੰਜਾਬ ਦੇ ਵਿੱਚ ਬਿਜਲੀ ਬਹੁਤ ਮਹਿੰਗੀ ਹੋ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਸਭ ਤੋਂ ਉੱਤੇ ਆ, ਜਿਹਦੇ 'ਤੇ ਸਰਕਾਰ ਚੁੱਪ ਹੈ, ਕੁਛ ਵੀ ਨਹੀਂ ਕਾਰਵਾਈ ਕਰ ਰਹੀ ਹੈਗੀ। ਅਸੀਂ ਚਾਹੁੰਦੇ ਹਾਂ ਵੀ ਉਹਦੇ 'ਤੇ ਕਾਰਵਾਈ, ਦੋਸ਼ੀ ਜਲਦੀ ਜਲਦੀ ਅੰਦਰ ਹੋਣੀ ਚਾਹੀਦੀ। ਅਕਾਲੀ ਦਲ ਨੇ ਵਾਕਆਊਟ ਕੀਤਾ ਹੈ ਵਿਧਾਨ ਸਭਾ ਦੀ ਕਾਰਵਾਈ ਨੂੰ ਦੇ ਵਿੱਚੋਂ, ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਹੈ ਉਹ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਸਿਟਿੰਗ ਹਾਈ ਕੋਰਟ ਦੇ ਜਿਹੜਾ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੇ ਕੋਲੋਂ ਕਾਰਵਾਈ ਕਰਵਾਉਣੀ ਹੈਗੀ ਹੈ, ਪਰ ਸਵਾਲ ਇਹ ਹੈ ਕਿ ਕਾਰਵਾਈ ਕਿਉਂ ਨਹੀਂ ਹੋ ਰਹੀ? ਸਿਰਫ ਤੋਂ ਸਿਰਫ ਸਿਆਸਤ ਹੋ ਰਹੀ ਹੈ ਇਹਨਾਂ ਕੰਮਾਂ ਨੂੰ ਲੈ ਕੇ, ਅਸਲ ਮਾਇਨੇ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਤੁਹਾਨੂੰ ਕਿਹੜੇ ਕਿਹੜੇ ਮੁੱਦੇ ਜਿਹੜੇ ਲੱਗ ਰਹੇ ਨੇ ਕਿ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਗੈਰ ਹਾਜ਼ਰ ਮੁੱਦੇ ਰਹੇ ਨੇ? ਦੇਖੋ ਜੀ, ਸਾਰਿਆਂ ਤੋਂ ਵੱਡਾ ਮੁੱਦਾ ਇਸ ਟਾਈਮ ਪੰਜਾਬ ਦੇ ਵਿੱਚ ਹੈ, ਬਿਜਲੀ ਮਹਿੰਗੀ ਹੈ। ਅਸੀਂ, ਮੈਂ ਖੁਦ ਇੱਕ ਦੁਕਾਨਦਾਰ ਹਾਂ, ਸਾਨੂੰ 10-12 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮਿਲ ਰਹੀ ਹੈ, ਪਰ ਅਸੀਂ ਚਾਹੁੰਦੇ ਹਾਂ ਵੀ ਦਿੱਲੀ ਦੇ ਵਿੱਚ ਬਹੁਤ ਸਸਤੀ ਬਿਜਲੀ ਹੈ ਅਤੇ ਇੱਥੇ ਪੰਜਾਬ 'ਚ ਵੀ ਸਾਨੂੰ ਸਸਤੀ ਬਿਜਲੀ ਦਿੱਤੀ ਜਾਵੇ। ਬੱਚੇ ਬੇਰੁਜ਼ਗਾਰ ਫਿਰ ਰਹੇ ਨੇ, ਨਸ਼ਿਆਂ ਦੇ ਵਿੱਚ ਜਾ ਰਹੇ ਨੇ, ਨਸ਼ਾ ਸਾਡੇ ਮੋਗੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੈ, ਪਿੰਡ ਪਿੰਡ 'ਚ ਨਸ਼ਾ ਵਿਕਦਾ ਹੈ, ਪੁਲਿਸ ਵਾਲਿਆਂ ਨੂੰ ਪਤਾ ਹੈ ਸਾਰਾ ਵੀ ਨਸ਼ਾ ਕਿੱਥੋਂ ਵਿਕਣਾ, ਕਿੱਥੋਂ ਆਉਣਾ ਹੈ, ਪਰ ਉਹ ਕੋਈ ਕਾਰਵਾਈ ਨਹੀਂ ਕਰਦੇ ਹੈਗੇ। ਕਿਉਂ? ਵੱਡੇ ਲੋਕ ਇਹਦੇ ਵਿੱਚ ਇਨਵੋਲਵ ਨੇ,
ਇਹੀ ਸਾਡੀ ਮੰਗ ਹੈ ਵੀ ਨਸ਼ਾ ਬੰਦ ਕਰੋ, ਬਿਜਲੀ ਸਸਤੀ ਕਰੋ, ਅਤੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਡੱਕੋ। ਅੱਛਾ, ਦੂਜਾ ਸਵਾਲ ਇਹ ਹੈਗਾ ਕਿ ਲਗਾਤਾਰ ਇਹਨਾਂ ਵਿਧਾਨ ਸਭਾ ਦੀ ਕਾਰਵਾਈ ਨੂੰ ਲੈ ਕੇ ਪੰਜਾਬ ਦੇ ਲੋਕ ਵੀ ਮੰਗ ਕਰ ਚੁੱਕੇ ਨੇ, ਕੁਝ ਸਿਆਸੀ ਧਿਰਾਂ ਵੀ ਗੱਲਾਂ ਬਾਤਾਂ ਕਰਦੀਆਂ ਨੇ ਕਿ ਕਾਰਵਾਈ ਵਧਾਉਣੀ ਚਾਹੀਦੀ ਹੈ, ਲੋਕ ਮੁੱਦੇ ਵਿਚਾਰਨੇ ਚਾਹੀਦੇ ਨੇ। ਸ਼ਨੀ ਐਤਵਾਰ ਦੀ ਛੁੱਟੀ ਹੈ ਥੋੜ੍ਹੇ ਸਮੇਂ ਦੇ ਲਈ, ਇੱਕ ਤਾਂ ਦਿਨ ਛੋਟੇ ਘੱਟ ਨੇ ਵਿਧਾਨ ਸਭਾ ਦੀ ਕਾਰਵਾਈ ਦੇ, ਉੱਤੋਂ ਸਮਾਂ ਘੱਟ ਰੱਖਿਆ ਗਿਆ, ਕਿਤੇ 15 ਮਿੰਟ ਹੁੰਦੇ ਨੇ, ਕਿਤੇ 2.5 ਘੰਟੇ, ਕਿਤੇ 2.5 ਘੰਟਿਆਂ ਦੇ ਉੱਤੇ ਕਾਰਵਾਈ ਸਮਾਪਤ ਹੋ ਜਾਂਦੀ ਹੈ। ਕਿੰਨੇ ਸਮੇਂ ਜੋ ਕਾਰਵਾਈ ਹੁੰਦੀ ਹੈ ਉਸ ਕਾਰਵਾਈ ਦਾ ਸਮਾਂ ਕਿੰਨਾ ਮੰਗਦੇ ਹੋ ਕਿ ਇੰਨੇ ਸਮੇਂ ਦੇ ਉੱਤੇ ਵਿੱਚ ਜਿਹੜੀ ਇਹ ਕਾਰਵਾਈ ਹੋਣੀ ਚਾਹੀਦੀ ਵਿਧਾਨ ਸਭਾ ਦੀ? ਦੇਖੋ ਜੀ, ਘੱਟੋ ਘੱਟ 7-8 ਘੰਟੇ ਕਾਰਵਾਈ ਚੱਲਣੀ ਚਾਹੀਦੀ। ਆਮ ਇੱਕ ਬੰਦਾ ਕੰਮ ਕਰਦਾ ਹੈ ਨਾ, ਜੋ ਸਾਰਾ ਦਿਨ 8 ਘੰਟੇ ਕੰਮ ਕਰੇਗਾ ਤਾਂ ਉਹਦੀ ਦਿਹਾੜੀ ਪੂਰੀ ਮੰਨੀ ਜਾਂਦੀ ਹੈ। ਇਹ ਆਪਾਂ ਲੋਕ ਨੁਮਾਇੰਦੇ ਚੁਣ ਕੇ ਭੇਜੇ ਨੇ, ਇਹ 2 ਘੰਟਿਆਂ ਦੇ ਵਿੱਚ ਹੀ ਥੱਕ ਜਾਂਦੇ ਨੇ। ਇਹ ਬਹੁਤ ਵੱਡੀ ਸੋਚਣ ਵਾਲੀ ਗੱਲ ਹੈ। ਅਸੀਂ ਚਾਹੁੰਦੇ ਹਾਂ ਵੀ 12 ਘੰਟੇ ਨਹੀਂ ਕਰ ਸਕਦੇ, 5-6 ਘੰਟੇ ਦਾ ਕੰਮ ਤੋਂ ਕੰਮ ਉੱਥੇ ਸਾਡੇ ਮੁੱਦੇ ਚੁੱਕਣ ਨਾ ਜਾ ਕੇ, ਇਹ 2 ਘੰਟੇ ਤਾਂ ਬਹੁਤ ਥੋੜ੍ਹੇ ਨੇ। ਫਿਰ ਇਹ ਆਪਸ ਦੇ ਵਿੱਚ ਲੜਦੇ ਨੇ, ਇਹ ਕੋਈ ਲੋਕ ਮੁੱਦਿਆਂ ਦੀ ਗੱਲ ਨਹੀਂ ਕਰਦੇ। ਲੋਕਾਂ ਦਾ ਪੈਸਾ ਟੈਕਸ ਰੂਪੀ ਦਿੱਤਾ ਉਹ ਵੇਸਟ ਜਾ ਰਿਹਾ ਵਾ। ਜੇ ਇਹਨਾਂ ਨੂੰ ਆਪਦਾ ਪੈਸਾ ਲਾਉਣਾ ਪਵੇ ਫਿਰ ਇਹੀ ਕਾਰਵਾਈ ਲਗਾਤਾਰ ਚੱਲੇਗੀ, ਅਤੇ ਭਾਵੇਂ 2-3 ਦਿਨ ਬੈਠਣਾ ਪਵੇ, ਬੈਠ ਕੇ ਆਪਦੀ ਕਾਰਵਾਈ ਕਰਨਗੇ। ਗੁਰਜਿੰਦਰ ਸਿੰਘ। ਅੱਛਾ ਗੁਰਜਿੰਦਰ, ਜਿਵੇਂ ਵਿਧਾਨ ਸਭਾ ਦੀ ਕਾਰਵਾਈ ਹੋਈ ਹੈਗੀ ਹੈ, ਜਿਸ ਤਰ੍ਹਾਂ ਦੇ ਮੁੱਦੇ ਵਿਚਾਰਨ ਦੀ ਲੋੜ ਸੀਗੀ, ਅਤੇ ਘੱਟ ਸਮਾਂ ਵੀ ਕਿਤੇ ਨਾ ਕਿਤੇ ਲੋਕਾਂ ਦੀ ਅੱਖਾਂ ਦੇ ਵਿੱਚ ਰੜਕਦਾ ਰਿਹਾ, ਲੋਕਾਂ ਨੇ ਮੰਗ ਕੀਤੀ ਕਿ ਸਮਾਂ ਵੱਧ ਹੋਣਾ ਚਾਹੀਦਾ, ਤੁਹਾਡੇ ਮੁਤਾਬਿਕ ਕਿੰਨੇ ਸਮੇਂ ਤੱਕ ਦਾ ਸੈਸ਼ਨ ਹੋਣਾ ਚਾਹੀਦਾ ਸੀਗਾ? ਦੇਖੋ, ਜਿਹੜਾ ਵੀ ਲੀਡਰ ਬੋਲਦਾ, ਮੈਂ ਕਹਿੰਦਾ ਕਿ ਤੁਹਾਨੂੰ ਪੂਰਾ ਟਾਈਮ ਮਿਲਣਾ ਚਾਹੀਦਾ, ਤਾਂ ਕਿ ਆਪਣੇ ਜਿਹੜੇ ਮੁੱਦੇ ਉਹ ਸਹੀ ਤਰੀਕੇ ਨਾਲ ਅਤੇ ਸਾਰੇ ਸਮਝਾ ਸਕਣ, ਠੀਕ ਹੈ। ਅਤੇ ਬਾਕੀ ਲੀਡਰਾਂ ਦੇ ਵੀ ਤਾਂ ਘਾਟ ਹੈਗੀ, ਉਹ ਤੁਹਾਨੂੰ ਪਤਾ ਹੀ ਹੈ, ਕਿਉਂਕਿ ਅੱਧੇ ਤਾਂ ਸੁੱਤੇ ਪਏ ਰਹੇ ਨੇ, ਹੈਗੇ ਸਦੀਕ ਵਰਗੇ ਸੁੱਤੇ ਪਏ ਰਹੇ ਨੇ, ਹੋਰ ਤਕਰੀਬਨ ਅਤੇ ਤਕਰਾਰਬਾਜ਼ੀ ਚੱਲਦੀ ਰਹਿੰਦੀ ਹੈ, ਮਤਲਬ ਪੂਰਾ ਸਮਾਂ ਚਾਹੀਦਾ ਜੇ ਕਿਹੜੀ। ਕਿੰਨੇ ਦਿਨ ਦੀ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਮੁਤਾਬਿਕ? ਹਾਲਾਂਕਿ ਫਿਲਹਾਲ ਤਾਂ 2 ਤੋਂ ਲੈ ਕੇ 6 ਤਰੀਕ ਤੱਕ ਹੀ ਸਿਮਟ ਗਿਆ, ਵਿੱਚ 2 ਦਿਨ ਦੀ ਛੁੱਟੀ ਰਹੀ ਹੈ। ਪਹਿਲਾ ਦਿਨ 15 ਮਿੰਟ ਦੀਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਫਿਰ 2.5 ਘੰਟੇ ਲਈ ਚੱਲਿਆ, ਫਿਰ 2.5 ਘੰਟੇ ਲਈ। ਕਿੰਨਾ ਸਮਾਂ ਹੋਣਾ ਚਾਹੀਦਾ, ਕਿੰਨੇ ਦਿਨ ਦੇ ਲਈ? ਮੈਂ ਤਾਂ ਕਹਿੰਦਾ ਜਦ ਤੱਕ ਜਿੱਦਾਂ ਲੀਡਰ ਬੋਲਦੇ ਆ ਉਹਦੇ ਪੂਰੇ ਮਤਲਬ ਮਸਲੇ ਸੁਣ ਲਏ ਜਾਣ ਤਰੀਕੇ ਦੇ ਨਾਲ, ਹੈ ਨਾ, ਅਤੇ ਮੈਂ ਕਹਿੰਦਾ ਖੁੱਲ੍ਹਾ ਟਾਈਮ ਦੇਣਾ ਚਾਹੀਦਾ ਇਹਨਾਂ ਨੂੰ। ਛੁੱਟੀਆਂ ਛਾਟੀਆਂ ਦਾ ਕੋਈ ਮਸਲਾ ਹੀ ਨਹੀਂ ਹੈਗਾ, ਕਿਉਂਕਿ ਹਾਲਾਤ ਕਿਹੜੇ ਹੈਗੇ ਪੰਜਾਬ ਦੇ ਜਾਂ ਕਹਿ ਲਈਏ ਆਪਣੇ ਦੇਸ਼ ਦੇ, ਹੈ ਨਾ। ਛੁੱਟੀਆਂ ਦਾ ਕਾਹਦਾ ਮਸਲਾ ਯਾਰ, ਛੁੱਟੀਆਂ ਹੀ ਆ ਲੀਡਰਾਂ ਨੂੰ। ਦੱਸ ਮੈਨੂੰ, ਕੁਛ ਕਰਦੇ ਆ ਇਹ ਬੰਦੇ? ਸਿਰਫ ਕੁਰਸੀ 'ਤੇ ਬਹਿ ਕੇ ਟਾਈਮ ਪਾਸ ਕਰੇ ਚਲੇ ਜਾਂਦੇ, ਸੌਂ ਕੇ ਚਲੇ ਜਾਂਦੇ ਅੱਧੇ। ਪੂਰਾ ਟਾਈਮ ਰੱਖਣਾ ਚਾਹੀਦਾ, ਛੁੱਟੀ ਕੋਈ ਨਹੀਂ ਹੋਣੀ ਚਾਹੀਦੀ ਪਹਿਲੀ ਗੱਤਰੇ ਨੂੰ, ਇਹ ਕਿਹੜੀ ਮੋਕਰੀ ਮਾਰਦੇ ਆ, ਹੈ ਕਿ ਨਹੀਂ? ਅੱਛਾ, ਕਿਹੜੇ ਕਿਹੜੇ ਮੁੱਦੇ ਤੁਹਾਡੇ ਮੁਤਾਬਿਕ ਜਿਹੜੇ ਵਿਧਾਨ ਸਭਾ ਦੇ ਵਿੱਚ ਚੱਕੇ ਜਾਣੇ ਚਾਹੀਦੇ ਸਨ ਪੰਜਾਬ ਦੇ, ਉਹ ਚੱਕੇ ਨਹੀਂ ਗਏ? ਤੁਹਾਡੇ ਮੁਤਾਬਿਕ ਕਿਹੜੇ ਕਿਹੜੇ ਮੁੱਦੇ ਹੈਗੇ ਆ ਜਿਹੜਾ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਸੁਲਝਾਉਣਾ ਚਾਹੀਦਾ? ਦੇਖੋ, ਪੰਜਾਬ ਦੇ ਮੁੱਦੇ, ਇੱਕ ਤਾਂ ਨੌਜਵਾਨਾਂ ਨੂੰ ਰੋਜ਼ਗਾਰ ਸਭ ਤੋਂ ਵੱਡੀ ਗੱਲ ਆ, ਕਿਉਂਕਿ ਜਿੰਨੇ ਵੀ ਆਪਣੇ ਪੰਜਾਬੀ ਮੁੰਡੇ ਦੇਖੋ ਸਾਰੇ ਆਈਲੈਟਸ ਕਰਕੇ ਆਪਣਾ ਪੰਜਾਬ ਛੱਡ ਕੇ ਜਾ ਰਹੇ, ਬਾਹਰ ਨੂੰ ਪ੍ਰਵਾਸ ਕਰ ਚੁੱਕੇ ਆ ਉਹ ਬੰਦੇ, ਹੈ ਨਾ। ਇੱਥੇ ਜਿਹੜੇ ਹੋਰ ਪ੍ਰਵਾਸੀ ਭਾਰਤੀ, ਉਹਨਾਂ ਨੇ ਉਹਦੀਆਂ ਕੋਠੀਆਂ ਮੰਨ ਲੜੀਆਂ, ਜਲੰਧਰ ਦੇ ਜਲੰਧਰ ਏਰੀਆ ਖਾਲੀ ਹੋਇਆ ਪਿਆ, ਠੀਕ ਹੈ। ਹੁਣ ਸਾਡੇ ਮੋਹਾਲੀ ਜ਼ਿਲ੍ਹੇ ਵਿੱਚ ਵੀ ਤਕਰੀਬਨ ਸਾਰੇ ਐਂ ਕਹਿੰਦੇ ਵੀ ਇੱਥੋਂ ਚਲੇ ਜਾਈਏ, ਹੈ ਨਾ। ਇੱਥੇ ਕਮੀ ਹੈ ਸਾਡੇ ਰੋਜ਼ਗਾਰ ਦੇ ਮੁੱਦੇ ਮੇਨ, ਇੱਕ ਪਾਣੀਆਂ ਦਾ ਮਸਲਾ ਪੰਜਾਬ ਦਾ, ਠੀਕ ਹੈ ਜੀ। ਅਤੇ ਇੱਕ ਜਿਹੜੀ ਮੇਨ ਚੀਜ਼ ਹੈਗੀ ਹੈ, ਸਿੱਖਾਂ ਦੇ ਨਾਲ ਧੱਕਾ ਹੁੰਦਾ ਜਿਹੜਾ, ਨਜਾਇਜ਼ ਪਰਚੇ ਪਾਏ ਜਾਣੇ, ਉਹਨਾਂ ਦੇ ਉੱਤੇ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਆ, ਹਾਂਜੀ। ਅੱਛਾ, ਜਿਵੇਂ ਹਰ ਇੱਕ ਹਲਕੇ ਤੋਂ ਆਪਣਾ ਇੱਕ ਨੁਮਾਇੰਦਾ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਜਾਂਦਾ ਹੈ, ਲੋਕਾਂ ਨੂੰ ਆਸ ਹੁੰਦੀ ਹੈ ਕਿ ਸਾਡੇ ਹਲਕੇ ਦੀ ਗੱਲਬਾਤ ਕਰੇਗਾ, ਸਾਡੇ ਲਈ ਮੁੱਦੇ ਚੁੱਕੇਗਾ, ਸਾਡੇ ਲਈ ਹਰ ਇੱਕ ਉਹ ਮੁੱਦਾ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਉਸ ਹਲਕੇ ਦੀ ਸਮੱਸਿਆ ਹੈਗੀ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗਾ। ਪਰ ਕੁਝ ਵਿਧਾਇਕ, ਕੁਝ ਮੰਤਰੀ ਅਜਿਹੇ ਵੀ ਨੇ ਜੋ ਇਸ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਹਾਜ਼ਰ ਹੋਣਾ ਵੀ ਜ਼ਰੂਰੀ ਨਹੀਂ ਸਮਝਦੇ। ਜੇ ਆਉਂਦੇ ਵੀ ਨੇ ਤਾਂ ਇੱਕ ਅੱਧਾ ਦਿਨ ਆਉਂਦੇ ਨੇ, ਕੋਈ ਕਾਰਵਾਈ, ਕੋਈ ਮੰਗ, ਕੋਈ ਸਮੱਸਿਆ ਨਹੀਂ ਚੁੱਕੀ ਜਾਂਦੀ,
ਕੀ ਮੰਗ ਕਰਦੇ ਹੋ ਕਿ ਜਿਹੜੇ ਮੁੱਦੇ ਜਿਹੜੇ ਵਿਧਾਇਕ ਜਾਂ ਮੰਤਰੀ ਚੁਣ ਕੇ ਜਾਂਦੇ ਨੇ ਉਹ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਮੰਗ ਰੱਖਣੀ ਚਾਹੀਦੀ ਹੈ? ਬਿਲਕੁਲ ਬਿਲਕੁਲ ਰੱਖਣੀ ਚਾਹੀਦੀ, ਕਿਉਂ ਨਹੀਂ ਰੱਖਣੀ ਚਾਹੀਦੀ? ਅਤੇ ਇੱਦਾਂ ਨਾ ਮਸਲਾ ਦੇਖੋ, ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਿੱਦਾਂ ਪੰਜਾਬ ਦਾ ਯੂਥ ਹੈ, ਇਹਨਾਂ ਨੂੰ ਮੌਕਾ ਦੇਣਾ ਚਾਹੀਦਾ, ਕਿਉਂਕਿ ਜਿੰਨੇ ਵੀ ਹੋਰ ਆਪਣੇ ਲੀਡਰ ਹੈਗੇ ਸਾਰੇ ਬੁੱਢੇ ਠਹਿਰੇ ਹੈ। ਸਿੱਧੀ ਜਿਹੀ ਗੱਲ, ਨੌਜਵਾਨ ਅੱਗੇ ਆਉਣਾ ਚਾਹੀਦਾ ਇਹਨਾਂ ਨੂੰ, ਤਾਂ ਕਿ ਆਪਣੇ ਤਰੀਕੇ ਦੇ ਨਾਲ ਇਹ ਕੰਮ ਕਰ ਸਕਣ। ਕਿਤੇ ਨਾ ਕਿਤੇ ਤੁਸੀਂ ਚਾਹੁੰਦੇ ਹੋ ਵੀ ਨੌਜਵਾਨ ਅੱਗੇ ਆਉਣ, ਤਾਂ ਜੋ ਵਿਧਾਨ ਸਭਾ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਬਿਲਕੁਲ, ਕਿਉਂਕਿ ਨੌਜਵਾਨੀ ਇੱਕ ਹੁਣ ਪੜ੍ਹੀ ਲਿਖੇ ਸਾਰੀ ਨੌਜਵਾਨ ਦੇਖੋ, ਹਾਂ ਤਕਰੀਬਨ ਇੱਦੀ ਗੱਲ ਨਹੀਂ ਹੈਗੀ ਜਿੱਦਾਂ ਵੀ ਲੋਕ ਪਹਿਲਾਂ ਅਨਪੜ੍ਹ ਹੁੰਦੇ ਸੀਗੇ, ਹੁਣ ਸਾਰੇ ਪੜ੍ਹੇ ਲਿਖੇ ਹੈ, ਅਤੇ ਇਹਨਾਂ ਨੂੰ ਆਪਣੇ ਮੁੱਦੇ ਰੱਖਣੇ ਚਾਹੀਦੇ ਅਤੇ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਰਾਜਨੀਤੀ ਦੇ ਵਿੱਚ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਤਾ ਦੇ ਵਿੱਚ। ਲਗਾਤਾਰ ਵਿਧਾਨ ਸਭਾ ਦੀ ਕਾਰਵਾਈ ਨੂੰ ਲੈ ਕੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਆਖਿਰ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਮਹਿਜ਼ ਕੰਮਕਾਜ ਦੇ ਜਿਹੜੇ ਦਿਨ ਸਨ ਉਹ 2 ਦਿਨ ਹੀ ਕਿਉਂ ਰੱਖੇ ਗਏ? ਵੱਖ ਵੱਖ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਕੁਝ ਨੌਜਵਾਨ ਮੌਜੂਦ ਨੇ, ਜਾਣਦੇ ਹਾਂ ਕਿ ਕਾਰਵਾਈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਸੀ ਅਤੇ ਨੌਜਵਾਨ ਇਸ ਕਾਰਵਾਈ ਨੂੰ ਲੈ ਕੇ ਕੀ ਚਾਹੁੰਦੇ ਸਨ ਜਾਂ ਫਿਰ ਕਿਸ ਤਰ੍ਹਾਂ ਦਾ ਇਹਨਾਂ ਦਾ ਪ੍ਰਤੀਕਰਮ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਅਰਸ਼ਦੀਪ। ਅੱਛਾ ਅਰਸ਼, ਜਿਵੇਂ ਕਾਰਵਾਈ ਦੀ ਗੱਲ ਹੋਈ ਹੈਗੀ ਹੈ, ਵਿਧਾਨ ਸਭਾ ਦੀ ਕਾਰਵਾਈ ਹੋਈ ਹੈ, ਸਿਰਫ ਤੋਂ ਸਿਰਫ 2 ਦਿਨ ਰੱਖੇ ਹੈਗੇ ਨੇ, 2 ਦਿਨਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਪੰਜਾਬ ਜੋ ਮੁੱਦਿਆਂ ਦਾ ਭੰਡਾਰ ਬਣਿਆ ਹੋਇਆ ਹੈ, ਬੇਹਿਸਾਬੇ ਮੁੱਦੇ ਨੇ ਪੰਜਾਬ ਦੇ ਵਿੱਚ, 2 ਦਿਨਾਂ ਦੇ ਵਿੱਚ 2-2 ਘੰਟਿਆਂ ਦੀ ਕਾਰਵਾਈ ਦੇ ਵਿੱਚ ਹੱਲ ਹੋ ਜਾਣਗੇ? ਨਹੀਂ ਜੀ, ਇਹ ਹੋ ਹੀ ਨਹੀਂ ਸਕਦਾ 2 ਘੰਟੇ 'ਚ, ਕਿੱਥੇ ਹੁਣ ਇੰਨੇ, ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਕਿੰਨਾ ਕੁ ਹੋਈ ਜਾਂਦਾ ਜੀ, ਇਹ 2 ਘੰਟੇ ਦੇ ਵਿੱਚ ਤਾਂ ਗੱਲ ਹੋ ਨਹੀਂ ਸਕਦੀ ਜੀ। ਠੀਕ ਹੈ ਜੀ। ਕੀ ਮੰਗ ਹੈਗੀ ਹੈ ਕਿ ਕਿੰਨਾ ਚਿਰ ਜਿਹੜਾ ਵਿਧਾਨ ਸਭਾ ਦੀ ਕਾਰਵਾਈ ਚੱਲਣੀ ਚਾਹੀਦੀ ਹੈ ਜਾਂ ਫਿਰ ਕਿੰਨੇ ਦਿਨ ਤੱਕ ਕਾਰਵਾਈ ਹੋਣੀ ਚਾਹੀਦੀ ਹੈ? ਇਹਦਾ ਹੀ ਡਿਪੈਂਡ ਕਰਦਾ, ਹੁਣ ਉਹਨਾਂ ਦੇ ਹੁਣ ਆਪਣੇ ਕਹਿਣ ਦਾ ਕੋਈ ਹੋਣ ਨਹੀਂ ਲੱਗੇ ਜੀ, ਹੁਣ 2 ਘੰਟੇ ਦੇ ਵਿੱਚ ਆਉਂਦੇ ਆ, ਖਾ ਪੀ ਕੇ ਮੁੜ ਜਾਂਦੇ ਆ ਉੱਥੇ, ਹੋਰ ਤਾਂ ਹੁਣ ਕੁਛ ਨਹੀਂ ਹੋ ਸਕਦਾ ਜੀ। ਅੱਛਾ, ਤੁਹਾਡੇ ਮੁਤਾਬਿਕ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਵਿਚਾਰੇ ਜਾਣੇ ਚਾਹੀਦੇ ਨੇ, ਜਿਹੜੇ ਵਿਚਾਰੇ ਨਹੀਂ ਗਏ ਜਾਂ ਫਿਰ ਜਿਨ੍ਹਾਂ ਨੂੰ ਵਿਚਾਰਨਾ ਚਾਹੀਦਾ ਹੈ, ਸਮੇਂ ਦੀ ਲੋੜ ਹੈਗੀ ਹੈ? ਹੁਣ ਇਹਦਾ ਹੁਣ ਕਹਿੰਗੀ ਦੱਸੂ, ਕਾਫੀ ਮੁੱਦੇ ਹੈਗੇ, ਨਸ਼ਾ ਹੈਗਾ, ਜਿਵੇਂ ਨਸ਼ੇ ਦਾ ਜੀ ਜੀ, ਪਾਣੀਆਂ ਦਾ ਬਹੁਤ ਵੱਡਾ ਮੁੱਦਾ, ਕੈਂਸਰ ਉਹ ਪੰਜਾਬ 'ਚ ਬਹੁਤ ਫੈਲ ਚੁੱਕਾ ਪਾਣੀਆਂ ਦਾ, ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਆਉਂਦਾ ਨਾਲੇ, ਇਹਨਾਂ ਦਾ ਹੱਲ ਕਰਨਾ ਚਾਹੀਦਾ। ਕਿਸਾਨ ਆਤਮ ਹੱਤਿਆ ਕਰ ਰਹੇ ਆ, ਨਾ ਨਸ਼ਾ ਬਹੁਤ ਹੋ ਗਿਆ, ਅੱਜ ਕੱਲ੍ਹ ਮੁੰਡੇ ਆਮ ਹੀ ਮਰੀ ਜਾਂਦੇ ਆ ਟੀਕੇ ਲਾ ਲਾ, ਅਤੇ ਇਹਨਾਂ ਦਾ ਫਿਰ ਇਹਨਾਂ ਨੂੰ ਹੱਲ ਕਰਨਾ ਚਾਹੀਦਾ। ਐਂ ਤਾਂ ਵੀ 2 ਘੰਟੇ ਆਉਂਦੇ, ਅੱਧੇ ਕੋ ਰੌਲਾ ਪਾ ਲੈਂਦੇ ਆ ਵੀ ਸਾਨੂੰ ਆਹ ਨਹੀਂ ਪਸੰਦ ਹੈ, ਉਹ ਨਹੀਂ ਆਇਆ ਅਤੇ ਮੁੜ ਜਾਂਦੇ ਇਹਦਾ। ਅੱਛਾ, ਜਿਵੇਂ ਬੇਰੁਜ਼ਗਾਰੀ ਵੱਡਾ ਮੁੱਦਾ ਬਣਿਆ ਹੋਇਆ, ਤੁਸੀਂ ਪੜ੍ਹਦੇ ਲਿਖਦੇ ਹੋ, ਕਈ ਕਈ ਸਾਲ ਤੱਕ ਪੜ੍ਹਾਈਆਂ ਕਰਨੀਆਂ ਪੈਂਦੀਆਂ, ਉਸ ਤੋਂ ਬਾਅਦ ਪੜ੍ਹਾਈਆਂ ਤੋਂ ਬਾਅਦ ਫਿਰ ਧੱਕੇ ਖਾਣੇ ਪੈਂਦੇ ਨੇ, ਫਿਰ ਜਦੋਂ ਰੁਜ਼ਗਾਰ ਨਹੀਂ ਮਿਲਦਾ ਫਿਰ ਵਿਦੇਸ਼ ਜਾਂਦੇ ਹੈਗੇ ਆ, ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਬੇਰੁਜ਼ਗਾਰੀ ਨੂੰ ਲੈ ਕੇ ਜਾਂ ਫਿਰ ਵਿਰੋਧੀ ਧਿਰਾਂ ਨੂੰ ਵੀ ਮੰਗ ਰੱਖਣੀ ਚਾਹੀਦੀ, ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀਗੀ? ਹਾਂਜੀ, ਇਹ ਤਾਂ ਚਾਹੀਦਾ, ਬੇਰੁਜ਼ਗਾਰੀ ਹੁਣ ਇੰਨਾ ਪੜ੍ਹਦੇ ਆ, 100 ਟੈਸਟ ਦਿੰਦੇ ਆ, ਉਹਦੇ ਕਰਕੇ ਵੀ ਨੌਕਰੀਆਂ ਨਹੀਂ ਮਿਲਦੀਆਂ, ਫਿਰ ਜਾਂ ਤਾਂ ਕੋਈ ਨਸ਼ਿਆਂ ਲੈ ਜਾਂਦਾ ਜੀ ਬੇਰੁਜ਼ਗਾਰੀ ਕਰਕੇ, ਅਤੇ ਜਾਂ ਬਾਹਰ ਜਾ ਵੜਿਆ, ਕੋਈ ਨਾ ਕੋਈ ਅਗਲੇ ਨੇ ਕੰਮ ਤਾਂ ਕਰਨੇ, ਹੁਣ ਖੇਤੀ ਕਰੇ, ਖੇਤੀ 'ਚ ਵੀ ਕੋਈ ਬਚਦਾ ਨਹੀਂ ਗਾ, ਆਮ ਹੁਣ ਅਸੀਂ ਖੇਤੀ ਕਰਦੇ ਹਾਂ, ਸਾਰੇ ਕੋਲ ਨਹੀਂ ਬਚਦਾ, ਹੁਣ ਪੜ੍ਹੀ ਜਾਂਦੇ ਹਾਂ, ਹੁਣ ਵੇਹਨੇ ਨੌਕਰੀ ਮਿਲੂਗੀ ਕਿ ਨਹੀਂ, ਨਹੀਂ ਬੇਰੁਜ਼ਗਾਰੀ ਧੱਕੇ ਖਾਵਾਂ। ਅੱਛਾ, ਦੂਜੀ ਗੱਲ ਇਹ ਹੈਗੀ ਹੈ ਕਿ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਸੀਗੀ, 2 ਦਿਨਾਂ ਦੀ ਕਾਰਵਾਈ ਰੱਖੀ ਗਈ, ਹਾਲਾਂਕਿ ਸਰਕਾਰ ਤਾਂ ਕਹਿੰਦੀ ਹੈ ਕਿ 5 ਦਿਨਾਂ ਦਾ ਸੈਸ਼ਨ ਹੈਗਾ, ਪਹਿਲਾ ਦਿਨ ਸ਼ਰਧਾਂਜਲੀਆਂ ਤੇ ਵਿੱਚ ਚਲਾ ਗਿਆ, 15 ਮਿੰਟ ਦੀ ਕਾਰਵਾਈ ਹੋਈ ਹੈ, ਫਿਰ ਸ਼ਨੀ ਐਤਵਾਰ ਨੂੰ ਛੁੱਟੀ ਦੇ ਲੁਤਫ ਉਠਾਏ ਗਏ, ਫਿਰ ਸੋਮਵਾਰ ਅਤੇ ਮੰਗਲਵਾਰ ਦੀ ਕਾਰਵਾਈ ਹੋਈ, ਯਾਨੀ 2 ਦਿਨਾਂ ਦੀ ਕਾਰਵਾਈ, ਫਿਰ 2-2 ਘੰਟਿਆਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਜਿਹੜੇ ਮੁੱਦੇ ਪੰਜਾਬ ਦੇ ਹੈਗੇ ਨੇ ਉਹ ਵਿਚਾਰੇ ਜਾ ਸਕਦੇ ਨੇ 2-2 ਘੰਟਿਆਂ ਦੀ ਕਾਰਵਾਈ ਦੇ ਵਿੱਚ? ਨਹੀਂ, 2 ਘੰਟਿਆਂ ਦਾ ਮੁੱਦੇ ਬਹੁਤ ਆ ਪੰਜਾਬ 'ਚ, 2 ਘੰਟਿਆਂ 'ਚ ਨਹੀਂ ਵਿਚਾਰੇ, ਇਹਦੇ ਹੱਥ ਦਿਨ ਵੱਧ ਰੱਖਣੇ ਚਾਹੀਦੇ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਲੋਕਾਂ ਨੇ ਚੁਣ ਕੇ ਭੇਜਿਆ, ਲੋਕਾਂ ਦੇ ਮੁੱਦੇ ਹੱਲ ਕਰਨੇ ਚਾਹੀਦੇ ਆ, ਵਿਰੋਧੀ ਧਿਰ ਆ ਉਹਨਾਂ ਨੂੰ ਵੀ ਕਹਿਣਾ ਚਾਹੀਦਾ, ਦਬਾਅ ਪਾਉਣਾ ਚਾਹੀਦਾ ਵੀ ਤੁਹਾਨੂੰ ਲੋਕਾਂ ਨੇ ਚੁਣਿਆ, ਵਿਰੋਧੀ ਧਿਰ ਬਣਾਇਆ ਉਹਨਾਂ ਦੀ ਆਪਦੀ,
ਇਹ ਵੀ ਤੁਸੀਂ ਵੀ ਕੁਛ ਕਹੋ, ਮੁੱਦੇ ਉਠਾਓ ਵੀ ਉਹਨਾਂ ਦਾ, ਉਹਨਾਂ ਨੂੰ ਕਹੋ ਵੀ ਤੁਸੀਂ ਆਪਦਾ ਕੰਮ ਕਰੋ। ਐਂ ਥੋੜ੍ਹੀ ਹੁਣ ਵੀ ਉਹ ਕਹਿ ਦਿੰਦੇ ਆਹ ਕੰਮ ਕਰਨਾ, ਦੂਜੇ ਰੌਲਾ ਪਾ ਲੈਂਦੇ, ਇਹ ਨਹੀਂ ਕਰਨਾ, ਬਾਅਦ 'ਚ ਵਾਕਆਊਟ ਕਰਕੇ ਭੱਜ ਜਾਂਦੇ ਆ ਜੀ। ਪਰ ਸਵਾਲ ਇਹ ਹੈਗਾ ਕਿ ਕਾਰਵਾਈ ਹੋਣੀ ਕਿੰਨੇ ਸਮੇਂ ਤੱਕ ਚਾਹੀਦੀ ਹੈ? ਹੋਣੀ ਹੁਣ ਸਾਲ ਦਾ ਹੁੰਦਾ ਇਹਨਾਂ ਦਾ ਜੀ, ਚਾਹੀਦੀ ਹੈ ਦੋ ਤਿੰਨ ਮਹੀਨੇ, ਪੰਜ ਜ਼ਿਆਦਾ ਚਾਹੀਦੀ ਹੈ ਤਾਂ ਜੀ, 10-15 ਦਿਨ ਤੱਕ, ਵੱਡੇ ਮੁੱਦੇ ਆ 15 ਕੁ ਦਿਨ ਤਾਂ ਚਾਹੀਦੇ ਹੈ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਗਗਨਦੀਪ। ਅੱਛਾ ਗਗਨਦੀਪ, ਜਿਵੇਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਹੋਈ ਹੈਗੀ ਹੈ, ਹਾਲਾਂਕਿ ਪਹਿਲਾ ਮੌਕਾ ਨਹੀਂ ਜਦੋਂ ਕਾਰਵਾਈ ਦੇ ਵਿੱਚ ਰੌਲਾ ਰੱਪਾ ਪਿਆ ਹੋਵੇ। ਦੂਸ਼ਣਬਾਜ਼ੀਆਂ ਹੁੰਦੀਆਂ ਨੇ ਬੜੇ ਗੈਰ ਤਰੀਕੇ ਦੇ ਨਾਲ, ਕਈ ਵਾਰ ਭੱਦੀ ਸ਼ਬਦਾਵਲੀ ਵੀ ਵਰਤੀ ਜਾਂਦੀ ਹੈ, ਕਾਰਵਾਈ ਦਾ ਬਾਈਕਾਟ ਕਰ ਦਿੱਤਾ ਜਾਂਦਾ ਹੈ, ਵਾਕਆਊਟ ਕਰਕੇ ਬਾਹਰ ਬੈਠ ਜਾਂਦੇ ਨੇ, ਧਰਨਾ ਲਗਾ ਦਿੱਤਾ ਜਾਂਦਾ ਹੈ। ਤੁਹਾਨੂੰ ਲੱਗਦਾ ਹੈ ਕਿ ਇਹਨਾਂ ਧਰਨਿਆਂ ਦੇ ਨਾਲ ਪੰਜਾਬ ਦੇ ਮੁੱਦੇ ਹੱਲ ਹੁੰਦੇ ਨੇ? ਨਹੀਂ ਜੀ, ਬਿਲਕੁਲ ਨਹੀਂ। ਧਰਨਿਆਂ ਨਾਲ ਤਾਂ ਪੰਜਾਬ ਦੇ ਕੋਈ ਮੁੱਦੇ ਹੱਲ ਨਹੀਂ ਹੁੰਦੇ, ਉੱਥੇ ਸਿਰਫ ਬਹਿਸ ਬਸਾਈ ਚੱਲਦੀ ਹੈਗੀ ਆ, ਅਤੇ ਕੁਛ ਇਹੋ ਜਿਹੇ ਸ਼ਬਦ ਬੋਲੇ ਜਾਂਦੇ ਨੇ ਜਿਨ੍ਹਾਂ 'ਤੇ ਬਹਿਸ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ ਜੀ। ਧਰਨਿਆਂ ਨਾਲ ਤਾਂ ਇਹ ਮੁੱਦੇ ਨਹੀਂ ਹੱਲ ਹੋ ਸਕਦੇ ਜੀ, ਟਾਈਮ ਚਾਹੀਦਾ ਹੈਗਾ ਜੀ। ਅੱਛਾ, ਇੱਕ ਸਵਾਲ ਇਹ ਹੈਗਾ ਕਿ ਜਿਵੇਂ ਲੋਕਾਂ ਦੇ ਵੱਲੋਂ ਆਪਣੇ ਆਪਣੇ ਹਲਕਿਆਂ ਤੋਂ ਨੁਮਾਇੰਦੇ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜੇ ਜਾਂਦੇ ਨੇ, ਲੋਕਾਂ ਨੂੰ ਆਸ ਹੁੰਦੀ ਹੈ ਕਿ ਹੁਣ ਵਿਧਾਨ ਸਭਾ ਦਾ ਸੈਸ਼ਨ ਆਇਆ, ਮੇਰੇ ਹਲਕੇ ਦਾ ਮੁੱਦਾ ਮੇਰਾ ਨੁਮਾਇੰਦਾ ਵਿਚਾਰੇਗਾ। ਕਈ ਵਾਰ ਹੈ ਕਿ ਨੁਮਾਇੰਦੇ ਉਹ ਜਿਹੜੇ ਨੇ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਹਾਜ਼ਰ ਹੀ ਨਹੀਂ ਹੁੰਦੇ, ਪਹੁੰਚਦੇ ਨਹੀਂ ਹੈਗੇ, ਜ਼ਰੂਰੀ ਨਹੀਂ ਸਮਝਦੇ ਕਿ ਲੋਕਾਂ ਦੇ ਮੁੱਦੇ ਚੱਕਣੇ ਨੇ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਲੋਕਾਂ ਨੂੰ ਫਿਰ ਸੱਟ ਲੱਗਦੀ ਹੈ ਇਸ ਮਾਮਲੇ ਨੂੰ ਲੈ ਕੇ? ਬਿਲਕੁਲ ਜੀ, ਲੋਕ ਇਸੇ ਕਰਕੇ ਤਾਂ ਪੰਜਾਬ ਦੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਜੀ, ਠੀਕ ਆ। ਪੰਜਾਬ ਦੇ ਮੁੱਦੇ ਵੱਧਦੇ ਜਾ ਰਹੇ ਨੇ ਕੱਟਣ ਦੀ ਬਜਾਏ, ਕਿਉਂਕਿ ਉਹ ਮੁੱਦਿਆਂ 'ਤੇ ਵਿਚਾਰ ਹੀ ਨਹੀਂ ਹੋ ਪਾ ਰਹੇ, ਟਾਈਮ ਨਹੀਂ ਕੱਢ ਰਹੇ ਇਹ ਉਹ ਮੁੱਦਿਆਂ 'ਤੇ ਵਿਚਾਰ ਕਰਨ ਨੂੰ, ਹੈ ਨਾ ਜੀ। ਅਤੇ ਬਾਕੀ ਜਿੱਦਾਂ ਬਾਈ ਨੇ ਕਿਹਾ, ਉੱਥੇ ਸੁੱਤੇ ਹੁੰਦੇ ਵਿਧਾਨ ਸਭਾ 'ਚ, ਕੋਈ ਮੁੱਦਿਆਂ ਦੀ ਬਾਰੇ ਕੋਈ ਗੱਲਾਂ ਬਾਤਾਂ ਹੀ ਨਹੀਂ ਹੁੰਦੀਆਂ, ਟਾਈਮ ਬਹੁਤ ਘੱਟ ਦਿੱਤਾ ਜਾਂਦਾ, ਵੱਧ ਟਾਈਮ ਚਾਹੀਦਾ ਇਹ ਮੁੱਦਿਆਂ ਨੂੰ, ਮਤਲਬ ਕਿ ਇਹ ਮੁੱਦਿਆਂ ਦੇ ਬਾਰੇ ਗੱਲਾਂ ਕਰਨ ਨੂੰ ਵੱਧ ਟਾਈਮ ਚਾਹੀਦਾ ਜੀ, ਵਿਚਾਰੇ ਜਾਣ ਵਾਸਤੇ ਵੱਧ ਟਾਈਮ ਚਾਹੀਦਾ ਹੈਗਾ। ਪਰ ਜੋ ਇੱਥੇ ਜੋ ਵਿਧਾਨ ਸਭਾ 'ਚ ਹੋ ਰਿਹਾ ਹੈਗਾ, ਉਹ ਸਿਰਫ ਉੱਥੇ ਲੁਤਫ ਉਠਾ ਰਹੇ ਨੇ ਇੱਕ ਤਰ੍ਹਾਂ ਦਾ, ਜਾ ਕੇ ਉੱਥੇ ਆਪਣੀ ਨੀਂਦਾਂ ਪੂਰੀਆਂ ਕਰ ਰਹੇ ਨੇ, ਵਧੀਆ ਖਾਣੇ ਖਾ ਰਹੇ ਨੇ ਮੁੱਦਿਆਂ ਦੀ ਗੱਲ ਕਰਨ ਦੇ ਬਜਾਏ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਰਾਮ ਸਿੰਘ। ਅੱਛਾ ਰਾਮ ਜੀ, ਜਿਵੇਂ ਗੱਲ ਕਰਦੇ ਆ ਰਾਮ ਸਿੰਘ ਜੀ, ਅਸੀਂ ਸਵਾਲ ਹੁੰਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਵੀ ਹੁੰਦੇ ਨੇ ਕਿ ਇਸ ਵਾਰ ਇਸ ਤਰ੍ਹਾਂ ਦੀ ਕਾਰਵਾਈ ਹੋਵੇਗੀ, ਸਾਨੂੰ ਇਹ ਮਿਲੇਗਾ, ਲੋਕਾਂ ਨੂੰ ਆਸ ਹੁੰਦੀ ਹੈ, ਰੱਖਦੇ ਵੀ ਨੇ ਲੋਕ ਆਸ, ਇਸੇ ਕਰਕੇ ਵੋਟਾਂ ਪਾਉਂਦੇ ਨੇ। ਅਤੇ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ, ਲੋਕਾਂ ਦੇ ਹੱਕ ਦੇ ਲਈ ਕੋਈ ਵੀ ਨੁਮਾਇੰਦਾ ਖੜ੍ਹਾ ਨਹੀਂ ਹੁੰਦਾ, ਲੋਕਾਂ ਦੇ ਲਈ ਕੁਝ ਸਾਹਮਣੇ ਨਹੀਂ ਆਉਂਦਾ, ਤਾਂ ਲੋਕਾਂ ਨੂੰ ਨਿਰਾਸ਼ਾ ਹੁੰਦੀ ਹੈ? ਤੁਹਾਨੂੰ ਹੁੰਦੀ ਹੈ ਨਿਰਾਸ਼ਾ? ਨਿਰਾਸ਼ਾ ਸਾਰਿਆਂ ਨੂੰ ਹੁੰਦੀ ਹੈ ਜੀ, ਹੁਣ ਸਾਰੇ ਵੋਟਾਂ ਪਾਉਂਦਿਆਂ ਨੂੰ ਜਿਤਾਉਂਦੇ ਆ, ਇਸ ਕੰਮ ਲਈ ਜਿਤਾਉਂਦੇ ਆ ਵੀ ਕੰਮ ਹੋਵੇ ਉਹਨਾਂ ਦਾ, ਕੰਮ ਕਿਸੇ ਦਾ ਹੁੰਦਾ ਹੀ ਨਹੀਂ ਗਾ, ਮੁੱਦੇ ਕੋਈ ਹੋਰ ਹੁੰਦੇ ਆ, ਕੋਈ ਹੱਲ ਕਰਦੇ ਹੀ ਨਹੀਂ ਗੇ, ਕੋਈ ਸੁਣਵਾਈ ਨਹੀਂ ਹੁੰਦੀ ਕਿਸੇ ਦੀ ਕਿਸਾਨਾਂ ਦਾ। ਹੁਣ ਖਾਸ ਕਰਕੇ ਹੁਣ ਮੈਂ ਵੀ ਪਿੰਡ ਤੋਂ ਹੈ ਨਾ, ਜ਼ਮੀਨ ਜਾਇਦਾਦ ਸਾਡੇ ਕੋਲ ਵੀ ਖੇਤੀਬਾੜੀ ਕਰਦੇ ਹਾਂ, ਪਰ ਕਿਸੇ ਦਾ ਕੋਈ ਹੱਲ ਹੁੰਦਾ ਹੀ ਨਹੀਂ, ਅਵਾਰਾ ਪਸ਼ੂ ਕਿੰਨੇ ਫਿਰਦੇ ਆ, ਇਹੋ ਜਿਹੇ ਮੁੱਦੇ ਕਾਰਨ ਖਾ ਲੈ, ਨਸ਼ੇ ਕਿੰਨੇ ਵੱਧ ਗਏ, ਪਰ ਕੋਈ ਸੁਣਵਾਈ ਨਹੀਂ ਹੁੰਦੀ ਬਸ। ਅੱਛਾ, ਜਿਵੇਂ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਮਹਿਜ਼ 2 ਦਿਨ ਰੱਖੇ ਗਏ ਨੇ, ਅਤੇ ਉਹਨਾਂ 2 ਦਿਨਾਂ ਦੇ ਵਿੱਚ ਵੀ ਜਿਹੜੇ ਲੋਕ ਨੁਮਾਇੰਦੇ ਨੇ ਚੁਣ ਕੇ ਭੇਜੇ ਹੋਏ, ਉਹਨਾਂ ਦੇ ਵੱਲੋਂ ਜਿਹੜੀ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਕੀਤੀ ਗਈ ਹੈ, ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਲੱਗੀਆਂ ਨੇ, ਲੋਕ ਮੁੱਦਿਆਂ ਦੀ ਗੱਲ ਨਹੀਂ ਹੋਈ, ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਸ਼ਬਦਾਵਲੀ, ਇਸ ਤਰ੍ਹਾਂ ਦਾ ਹੋ ਹੱਲਾ, ਬੱਚਿਆਂ ਵਾਂਗੂ ਝਪਟਾਂ ਹੁੰਦੀਆਂ ਨੇ, ਬੱਚਿਆਂ ਵਾਂਗੂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਤੂੰ ਜ਼ਿੰਮੇਵਾਰ ਹੈ, ਤੂੰ ਜ਼ਿੰਮੇਵਾਰ ਹੈ, ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਸੰਦੇਸ਼ ਜਾਂਦਾ? ਇਹ ਜੀ, ਇੱਥੋਂ ਤਾਂ ਫਿਰ ਸਿੱਧਾ ਐਂ ਲੱਗਦਾ ਵੀ ਇਹ ਸਾਰੇ ਰਲੇ ਹੋਏ ਆ, ਠੀਕ ਆ, ਕੋਈ ਜਣੀ ਕਿਸੇ ਦੀ ਕੋਈ ਸੁਣਵਾਈ ਨਹੀਂ, ਜਦੋਂ ਜੀ ਆਪਸ 'ਚ ਲੜੀ ਜਾਂਦੇ ਆ, ਕੋਈ ਮੁੱਦਾ ਤਾਂ ਕਰਦੇ ਨਹੀਂ, ਕੋਈ ਠੋਸ ਐਕਸ਼ਨ ਲੈਣ, ਹੈ ਨਾ, ਕਿਸੇ ਵੀ ਕੋਈ ਮੁੱਦਾ ਜੇ ਕੋਈ ਹੱਲ ਕਰਦਾ ਨਸ਼ੇ ਨੁਸ਼ਿਆਂ ਦਾ, ਹੈ ਨਾ, ਜੇ ਐਕਸ਼ਨ ਠੋਸ ਲੈਣਗੇ ਫਿਰ ਹੀ ਕੰਮ ਹੋਊਗਾ, ਅਤੇ ਇਹ ਆਏ ਤਾਂ ਗੱਲ ਬਣੀ ਨਹੀਂ, ਆਪਸ 'ਚ ਲੜ ਕੇ ਉੱਥੇ ਮੁੜੇ ਆਉਂਦੇ ਆ, ਹੋਰ ਤਾਂ ਕੋਈ ਕੰਮ ਹੀ ਨਹੀਂ ਇਹਨਾਂ ਨੂੰ।
ਵੀ ਜਾਂ ਤਾਂ ਇਹ ਕੋਈ ਕੰਮ ਕਰਨ ਫਿਰ ਫਾਇਦਾ ਇਹਨਾਂ ਦਾ, ਅਤੇ ਨਹੀਂ ਐਂ ਹੱਲ ਨਹੀਂ ਹੋਣਾ ਜਿਵੇਂ ਇਹ ਬਹਿ ਕੇ ਮੁੜਿਆ ਜਾਂ ਕੋਈ ਐਂ ਗੱਲਾਂ ਕਰਕੇ। ਇਹ ਤਾਂ ਜੇ ਜਿਸ ਹਿਸਾਬ ਨਾਲ ਜੇ ਸਾਲ ਲਾ ਦਿੰਦੇ ਤਾਂ ਫਿਰ ਵੀ ਨਹੀਂ ਕਰ ਸਕਦੇ ਹੱਲ ਮੁੱਦੇ, ਵੀ ਮੁੱਦੇ ਪੰਜਾਬ ਦੇ ਇੰਨੇ ਆ। ਅੱਛਾ, ਕਿਤੇ ਨਾ ਕਿਤੇ ਜਿਹੜੇ ਲੋਕ ਨੁਮਾਇੰਦੇ ਨੇ ਉਹਨਾਂ ਦੇ ਵਿੱਚ ਵੀ ਕਮੀ ਹੈ, ਉਹ ਮੁੱਦੇ ਠੀਕ ਤਰੀਕੇ ਦੇ ਨਾਲ ਨਹੀਂ ਚੁੱਕ ਰਹੇ ਵਿਧਾਨ ਸਭਾ ਦੇ ਵਿੱਚ। ਹਾਂ, ਲੋਕਾਂ ਦਾ ਵੀ ਚਾਹੀਦਾ ਜੀ, ਯੂਨਿਟੀ ਹੈ ਨਹੀਂ ਗੀ, ਜੇ ਲੋਕ ਹੁਣ ਇਕੱਠੇ ਹੋਣਗੇ ਕਿਸੇ ਕੰਮ ਦਾ ਵੀ ਹੱਲ ਹੋ ਸਕਦਾ, ਪਰ ਨਹੀਂ ਕੋਈ ਚਾਹੁੰਦਾ ਹੀ ਨਹੀਂ ਗਾ ਅੱਗੇ ਮੂਹਰੇ ਲਾ ਕੇ, ਅਤੇ ਜੇ ਕੋਈ ਮੂਹਰੇ ਲਾਦਾ ਉਹਦਾ ਵੀ ਬਦਨਾਮੀ ਹੁੰਦੀ ਹੈ, ਕਿਸੇ ਨਾ ਕਿਸੇ ਪਾਸੇ ਉਲਝਾ ਜਾਂਦੇ ਆ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਲੈ ਕੇ ਹਰ ਪਹਿਲੂ ਦੇ ਉੱਤੇ ਗੱਲਬਾਤ ਕੀਤੀ ਹੈ। ਲੋਕਾਂ ਨੇ ਸਵਾਲ ਉਠਾਏ ਨੇ ਕਿ ਕਿਤੇ ਨਾ ਕਿਤੇ ਕਾਰਵਾਈ ਨੂੰ, ਪੰਜਾਬ ਵਿਧਾਨ ਸਭਾ ਦੀ ਜੋ ਮਾਨਸੂਨ ਸੈਸ਼ਨ ਸੀ ਉਸ ਨੂੰ ਲੰਬਾ ਰੱਖਣਾ ਚਾਹੀਦਾ ਸੀ, ਜਿਸ ਦੇ ਨਾਲ ਆਮ ਲੋਕਾਂ ਦੇ ਮੁੱਦੇ ਚੱਕੇ ਜਾ ਸਕਦੇ, ਜਿਸ ਦੇ ਨਾਲ ਆਮ ਲੋਕਾਂ ਦੇ ਮੁੱਦਿਆਂ ਦੇ ਹੱਲ ਹੋ ਸਕਦੇ, ਪਰ ਉਹ ਮੁੱਦੇ ਇਹਨਾਂ ਲੋਕ ਨੁਮਾਇੰਦਿਆਂ ਦੇ ਵੱਲੋਂ ਹੱਲ ਨਹੀਂ ਕੀਤੇ ਗਏ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ। ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ, ਧੰਨਵਾਦ।